ਨੀਤਾਂ ਨੂੰ ਹੀ ਮਿਲਣ ਮੁਰਾਦਾਂ ਤੇ ਮਿਹਨਤਾਂ ਨੂੰ ਫਲ ਲੱਗਦੇ ਨੇ ਉਹਦੀ ਰਜ਼ਾ ਜੇ ਹੋਵੇ ਜਸੜਾ ਤਾਂ ਪਾਣੀ ਉੱਚਿਆਂ ਵੱਲ ਵੀ ਵਗਦੇ ਝੂਠਦੀਆਂ ਉਹ ਸੌ ਸੌ ਸੱਟਾਂ ਝੂਠਦੀਆਂ ਉਹ ਸੌ ਸੌ ਸੱਟਾਂ ਪਰ ਸੱਚ ਦੀ ਚੋਟ ਕਰਾਰੀ ਹੈ ਮੇਰੀ ਮਿਹਨਤ ਜਾਰੀ ਹੈ ਤੇਰੀ ਰਹਿਮਤ ਸਾਰੀ ਹੈ ਮੇਰੀ ਮਿਹਨਤ ਜਾਰੀ ਹੈ ਤੇਰੀ ਰਹਿਮਤ ਸਾਰੀ ਹੈ ਰਾਜੇ ਜੱਗ ਦੇਖੇ ਸੱਥਰ ਪਾਟੇ ਨੂੰ ਉਹ ਫੱਕਰ ਹੁੰਦੇ ਦਿਲ ਦੇ ਰਾਜੇ ਜੱਗ ਦੇਖੇ ਸੱਥਰ ਪਾਟੇ ਨੂੰ ਉਹ ਚੜਖੜੀਆਂ ਤੇ ਤਾਂ ਹੀ ਚੜ ਗਏ ਚੜਖੜੀਆਂ ਤੇ ਤਾਂ ਹੀ ਚੜ ਗਏ ਤੇਰੀ ਰਜ਼ਾ ਪਿਆਰੀ ਹੈ ਮੇਰੀ ਮਿਹਨਤ ਜਾਰੀ ਹੈ ਇਹ ਤੇਰੀ ਰਹਿਮਤ ਸਾਰੀ ਹੈ ਹੈਗੇ ਤਾਂ ਭਰਾ ਹੀ ਨੇ ਦੀਪੇ ਨੇ ਤੇ ਪੱਠੇ ਕੁਦਰ ਕੇ ਤੇਰੇ ਤਾਏ ਦੀ ਚਾਹ ਲੈ ਕੇ ਜਾਣਾ ਬਲਵਿੰਦਰ ਦਾ ਪੇਪਰ ਹੈ ਉਹਦੀ ਤਾਂ ਅੱਗੇ ਤਿਆਰੀ ਨੀ ਹੋਈ ਹੈ ਨੀ ਇਹਨਾਂ ਕੋ ਵੇਲ ਜਾਓ ਤੁਸੀਂ ਕਿੱਥੇ ਧੁੱਪ ਚ ਤੁਰੀਆਂ ਫਿਰਦੀਆਂ ਬਲਵਿੰਦਰ ਰੱਖੜੀ ਬਣਾਲਾ ਦੇਖੀ ਕਿੰਨਾ ਕੁ ਚਿਰ ਲੱਗ ਜੂਗਾ ਭੈਣੇ ਕੱਲ ਮੇਰਾ ਪੇਪਰ ਆ ਜਮਾ ਤਿਆਰੀ ਨਹੀਂ ਹੋਈ ਫੇਲ ਹੋ ਜੂ ਜੇ ਨਾ ਪੜਿਆ ਭੈਣ ਜੀ ਨੂੰ ਤਾਂ ਹੁਣ ਰੱਬ ਯਾਦ ਨਹੀਂ ਪਹਿਲਾਂ ਜੇਠ ਜੀ ਨੂੰ ਲੁੱਤੀ ਲਾ ਕੇ ਆ ਵਿਹੜੇ 'ਚ ਕੰਧ ਕਢਵਾ ਤੀ
ਤੇ ਆ ਹੁਣ ਕੁੜੀਆਂ ਦੇ ਬਾਅਦ ਪੈ ਗਏ ਨਾ ਕੀ ਹੋ ਜਾਂਦਾ ਜੇ ਜਵਾਕੜੀਆਂ ਰੱਖੜੀ ਬੰਨ ਦਿੰਦੀਆਂ ਤਾਂ ਉੱਤੋਂ ਆ ਮੁੰਡਿਆਂ ਨੇ ਵੀ ਹੱਦ ਲਾ ਦਿੱਤੀ ਅਸਲ 'ਚ ਗਲਤੀ ਤਾਂ ਮੇਥੋਂ ਹੀ ਹੋ ਗਈ ਕਰਮੋ ਮੈਂ ਹੀ ਕਿਤੇ ਪਿੰਡ 'ਚ ਇੱਕ ਦੋ ਬੰਦਿਆਂ ਨੂੰ ਕਹਿ ਬੈਠਿਆ ਵੀ ਬਾਈ ਨੇ ਮੇਰੇ ਨਾਲ ਕਾਣੀ ਵੰਡ ਕੀਤੀ ਆ ਦੀਪਾ ਤਾਂ ਉਸੇ ਦਾ ਗੁੱਸਾ ਕਰੀ ਬੈਠਾ ਨਾ ਇਹ 'ਚ ਗੁੱਸਾ ਮੰਨਣ ਵਾਲੀ ਕਿਹੜੀ ਗੱਲ ਹੈ ਤੁਸੀਂ ਜੀ ਜੋ ਕਿਹਾ ਉਹ ਸੱਚ ਹੀ ਕਿਹਾ ਝੂਠ ਕੀ ਹੈ ਚੱਲ ਛੱਡ ਹੁਣ ਕਰਮੋ ਕੀ ਫਾਇਦਾ ਹੁਣ ਇਹਨਾਂ ਗੱਲਾਂ ਦਾ ਐਵੇਂ ਕਾਹਨੂੰ ਮਨ ਦੁਖੀ ਕੀਤਾ ਉਹ ਪੁੱਤ ਤੁਸੀਂ ਕਿਉਂ ਮੂੰਹ ਜਿਹਾ ਸਜਾਈ ਬੈਠੇ ਹੋ ਹੈਂ ਦੋ ਫੁੱਲ ਟੁੱਟਣ ਨਾਲ ਬਾਗ ਖਾਲੀ ਨਹੀਂ ਹੋ ਜਾਂਦੇ ਦੁਨੀਆਂ ਤੇ ਰਾਣਕਾਂ ਲੱਗੀਆਂ ਹੀ ਰਹਿਣੀਆਂ ਨੇ ਚਲੋ ਮੇਰਾ ਸ਼ੇਰ ਪੁੱਤ ਮੈਂ ਰੋਟੀ ਲੈ ਕੇ ਆਉਂਦੀ ਹਾਂ ਕੰਮ ਹੀ ਨਹੀਂ ਹੋਰ ਕੋਈ ਨਰੈਣਾ ਬਾਬਾ ਨੀ ਸੀ ਹਾਂ ਇਹਨੂੰ ਤੁਸੀਂ ਇੰਨਾ ਸਮਾਨ ਚੁਕਾਇਆ ਹੋਇਆ ਵੀ ਇਹ ਤਾਂ ਗਰੀਬਣਾ ਜਿਹਾ ਵਿਚਾਰਾ ਜਿਹੜਾ ਰੱਬ ਭੁੱਖ ਦਿੰਦਾ ਉਹ ਦਾਣੇ ਵੀ ਦਿੰਦਾ ਭੈਣੇ ਨਾ ਦਾਣੇ ਖਰੀਦਣ ਵਾਸਤੇ ਵੀ ਤਾਂ ਪੈਸੇ ਚਾਹੀਦੇ ਹੁੰਦੇ ਨੇ ਹਾਂ ਭੈਣੇ ਆਪੇ ਜਰੀਏ ਬਣ ਜਾਂਦੇ ਆ ਇੱਕ ਹੈ ਰੱਬ ਦਾ ਨੇਕ ਬੰਦਾ ਜਿਹੜਾ ਹਰ ਮਹੀਨੇ ਮੈਨੂੰ ਪੈਸੇ ਦੇ ਕੇ ਜਾਂਦਾ ਇਹੋ ਜਿਹਾ ਬੇਸਹਾਰਾ ਬਜ਼ੁਰਗਾਂ ਦਾ ਚੁੱਲ੍ਹਾ ਚਲਾਉਣ ਲਈ ਤੇ ਵੀਰੇ ਗੋੜ ਵਾਲੀ ਕਚਕ ਆਈ ਕਿ ਨਹੀਂ ਹਲੇ ਹਾਂ ਉਹ ਨਹੀਂ ਆਈ ਵੀਰੇ ਸਿਆਲ ਆ ਗਿਆ ਕਦ ਲੈ ਕੇ ਆਉਣੀ ਮੈਂ ਕਿਹਾ ਸੀ ਕਹਿਣਾ ਨਹੀਂ ਮੰਨਦੇ ਛੇਤੀ ਮੰਗਾ ਦੀ ਆਜੂਗੀ ਭਾਈ ਆਜੂਗੀ ਅੱਛਾ ਅੱਛਾ ਚੌਥੀ ਨੂੰ ਮੇਰੇ ਵੀਰੇ ਦਾ ਵਿਆਹ ਤੁਹਾਡੇ ਚ ਕੌਣ ਕੌਣ ਆਊਗੀ ਵੋਟੀ ਵੇਖਣ ਆਪਾਂ ਸਾਰੀਆਂ ਹੀ ਆਵਾਂਗੀਆਂ ਆਹੋ ਸਾਡੇ ਬਿਨਾਂ ਲਾ ਲੇਂਗੀ ਤੂੰ ਉੱਥੇ ਰੌਣਕਾਂ ਲੈ ਬੇਬੇ ਨੂੰ ਤਾਂ ਮੈਂ ਪਹਿਲਾਂ ਹੀ ਦੱਸਦਾ ਸੀਗਾ ਮੈਂ ਤਾਂ ਕਾਦੀ ਤਿਆਰੀ ਖਿੱਚੀ ਬੈਠੀ ਆ ਸਾਡੀ ਭਾਬੀ ਤਾਂ ਬਾਹਲ ਹੀ ਸੋਹਣੀ ਆ ਜਮਾ ਹੀ ਐਕਟਰਨੀਆਂ ਵਰਗੀ ਆ ਸਾਡੇ ਪਿੰਡ 'ਚ ਤਾਂ ਐਡੀ ਸੋਹਣੀ ਕੋਈ ਹੋਣੀ ਨਹੀਂ ਪੰਜ ਟੈਚੇ ਆਏ ਨੇ ਇੱਕ ਬੇਟੀ ਹੈ ਭਰੀ ਪਈ ਹੈ ਪੰਜ ਸੂਟ ਤਾਂ ਮੇਰੇ ਲਈ ਨੇ ਚੱਲ ਦੇਖੀ ਹੁਣ ਮੂੰਹ ਤਾਂ ਦਿਖਾ ਦੇ ਠਹਿਰ ਜਾ ਗੁੱਡੀ ਭਾਬੀ ਤਾਂ ਇੱਥੇ ਹੀ ਹੈ ਇਹਨੇ ਕਿਹੜਾ ਮੁੜ ਜਾਣਾ ਤੁਮੋ ਵੇਖ ਵੀ ਲੈਣ ਦੇ ਹੁਣ ਪਿਛਲੇ ਜਨਮ ਯਾਦ ਤੋਂ ਦੇਖ ਲਿਖਾ ਹੈ ਰੱਬ ਦਾ ਸ਼ੁਕਰ ਕਰਾਂ ਕੈਸੇ ਮੇਲ ਮਿਲਾ ਹੈ ਰੱਬ ਦਾ
ਦਾ ਸ਼ੁਕਰ ਕਰਾਂ, ਕੈਸੇ ਮੇਹਰ ਮਿਲਾ ਹੈ ਰੱਬ ਦਾ ਸ਼ੁਕਰ ਕਰਾਂ। ਜਮਾਤਾਂ ਪੜਨ ਨਾਲ ਕੋਈ ਖੱਬੇ ਖਾਨ ਨਹੀਂ ਬਣ ਜਾਂਦਾ, ਖਾਨਦਾਨੀ ਚਾਹੀਦੀ ਹੈ ਖਾਨਦਾਨੀ। ਉਹ ਕਿਹੜਾ ਪਿੰਡ ਹੈ ਤੇਰਾ? ਬੋਲਦਾ ਨੀ। ਨਰਾਇਣਗੜ੍ਹ ਹੈ ਜੀ। ਨਰਾਇਣਗੜ੍ਹ ਉਹ ਜਿਹੜਾ ਅਮਲੋਹ ਕੋਲੇ ਹੈ, ਇਹ ਬਾਠਾ ਵਾਲਾ ਸਰਦਾਰ ਨਾ ਸਾਰੇ ਇਲਾਕੇ ਨੂੰ ਜਾਣਦਾ। ਉਹ ਤੁਹਾਡੇ ਪਿੰਡ ਦੇ ਸਰਪੰਚ ਹਰਜਨ ਸਿੰਘ ਨੂੰ ਵੀ ਜਾਣਦਾ ਮੈਂ, ਪਰ ਸਰਦਾਰੀ ਨਹੀਂ ਸਾਂਭੀ ਗਈ ਇਹਨਾਂ ਲੋਕਾਂ ਤੋਂ। ਸਰਦਾਰੀ ਸਾਂਭਣੀ ਖਾਨਦਾਨੀ ਲੋਕਾਂ ਦਾ ਕੰਮ ਹੁੰਦਾ। ਕਾਢੋ ਮੁੰਡਿਆ ਮੇਰਾ ਨਵਾਂ ਅਸਲਾ, ਪਾਈਏ ਦੋ ਪਟਾਕੇ ਤਾਂ ਕਿ ਪਿੰਡ ਚ ਪਤਾ ਚੱਲੇ
के बाठा आला सरदार अपने सारी ब्याह दे आया है। देखो फिर बाठा आले सरदार दी सरदारी। हैं? पता नहीं की फस गया एदे च। जदों चलदी है ना पटाके बहुत पाउंदी है। जबलपुर आर्डिनेंस है, अंग्रेजी सीख लो। मैं हुणी चला के दिखाउणा इन्हां नूं। चला लेंगा चल गई। ਘੋੜੀ ਤੇ ਰਫਲ ਅਣਜਾਣ ਬੰਦਿਆਂ ਕੋ ਉਪਰਾ ਕਰ ਜਾਂਦੀ ਆ। ਸਮਝ ਗਿਆ? ਪੜੇ ਇਹ ਭਾਬੀ ਸੱਚੀ ਜੰਤੂ ਹੀ ਹੈ। ਹਾਂ ਪੁੱਤ। ਨਿੱਕੀ ਲੈ ਦੱਸ ਕੀ ਪਤਾ ਕੀਤੀ ਜੀ ਪਾ। ਚੱਲ ਬਾਹਰ ਆ ਤੂੰ। चल पुत निक्की, पता नहीं क्यों जी पापा तू ना बाहर आ जा पुत। आ जा, इतना थोड़ी करी था जे खराब हो जांदी। वीरे विद्या पढ़ाई दी सौ लगी, मैं टी नहीं बजाई। कोई गल नहीं, आपे बज गई होनी। मैनू लगदा सोच लगी रह गई सी। निक्की जुत्ती किथे है तेरी? गड्डी विच। निक्की चलो हुण। ਫੇਰ ਵਜਾਉਣੀ ਆ? ਨਹੀਂ ਸਾਡੀ ਨਾ ਜੁੱਤੀ ਰਹਿ ਗਈ ਸੀ। ਓ ਬੱਲੇ ਬੱਲੇ ਮਾਸੀ, ਬੱਲੇ ਬੱਲੇ। ਸਤਿ ਸ੍ਰੀ ਅਕਾਲ ਮਾਸੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਆਹ ਮੱਥਾ ਟੇਕਦਾ ਮਾਸੀ। ਸਤਿ ਸ੍ਰੀ ਅਕਾਲ ਜੀ ਤੇ ਚਾਚੀ ਗਾਲ ਪੁੱਤ। ਡੋਲੂ ਚ ਕੀ ਹੈ ਬੱਤੇ? ਆ ਦੇਖ ਮੈਂ ਸੰਤਰੇ ਦੀਆਂ ਗੋਲੀਆਂ ਲਿਆਂਦੀਆਂ ਬਾਣੀ ਦੀ ਹੱਟ ਤੋਂ। ਹਾਈ ਸੈਰੀ ਪੈਣੀਆਂ ਮਾਸੀ। ਜਿਉਂਦੀ ਰਹਿ ਭਾਈ ਪੁੱਤ ਸੁਹਾਗਣੋਂ ਮੈਂ ਤੇਰੇ ਵੀਰ। ਇੰਨੀ ਠੰਡ ਸੀ ਸਵੇਰੇ ਸਵੇਰੇ ਕਿੱਧਰ ਤੇ ਬੰਵਾ ਕਰੇ ਟਿਕਣ ਦਿੰਦੀਆਂ ਨੇ। ਬਸ ਕਹਿੰਦੀਆਂ ਤੜਕੇ ਤੜਕੇ ਬੇਬੇ ਛੈਰ ਕਰਿਆ। ਆ ਡੋਲੂ ਜਾ ਕਾਹਦਾ ਲਈ ਫਿਰਦੇ ਹੋ? ਕਾਹਦਾ ਡੋਲੂ ਦੱਸਾਂ, ਸਾਡੀ ਬੂਰੀ ਮੈਸ ਨਹੀਂ ਸੀ। ਅੱਛਾ ਤੈਨੂੰ ਤਾਂ ਪਤਾ ਮੈਂ ਕਿੱਡੀ ਕਾਲੀ ਆ। ਮੱਖਾ ਛੇਤੀ ਛੇਤੀ ਜਾ ਕੇ ਵਿਦਿਆ ਬਾਹਮਣੀ ਦੇ ਗੋਲੀ ਦੇ ਆਵਾਂ। ਭਾਈ ਮੈਂ ਤਾਂ ਥੱਕ ਗਈ ਰਾਹ ਵਿੱਚ। ਹਾਂ ਦੇਖੀ ਹੁਣ ਤਾਂ ਮੈਨੂੰ ਤੱਤਾ ਤੱਤਾ ਚਾਹ ਦਾ ਗਲਾਸ ਦੇ ਦੇ ਭਾਈ। ਮਾਸੀ ਜੀ ਚਾਹ ਤਾਂ ਬਣੀ ਪਈ ਆ, ਮੈਂ ਹੁਣੇ ਬਣਾਈ। ਕਰਮੋ ਮਾਸੀ ਨੂੰ ਤਾਂ ਡੰਗ ਵਰਗੀ ਚਾਹ ਪਿਲਾ। ਆਜੋ ਆਜੋ। ਉਰੇ ਮੈਨੂੰ ਆ ਮੂੜਾ ਉੱਚਾ ਦੇ ਦਿਓ ਭਾਈ। ਲੈ ਮਾਸੀ ਆ, ਲੈ ਕੁਰਸੀ ਫੜਾ ਦਿਓ। ਆ ਲੈ ਕੁਰਸੀ ਤੇ ਬਹਿ ਜਾ। ਵਾਹਿਗੁਰੂ। ਹੋਰ ਮਾਤਾ ਸਿਹਤਾਂ ਠੀਕ ਨੇ? ਲੈ ਸਿਹਤਾਂ ਠੀਕ ਨੇ ਤਾਂ ਹੀ ਤੇ ਚੰਗੀ ਭਲੀ ਤੁਰੀ ਫਿਰਦੀ ਆ ਮੈਂ। ਤੱਤੀ ਹੈ ਕੋਈ ਨੀ ਭਾਈ, ਮੁਬਾਰਕਾਂ ਤੁਹਾਨੂੰ। ਚਪਾਰੋ ਨੇ ਤਾਂ ਮੁੰਡੇ ਦੀ ਪਗਠਾ ਕਰ ਲਈ ਹੈ ਨਾ। ਅੱਛਾ ਪਰ ਸਾਨੂੰ ਤਾਂ ਭੋਰਾ ਨਹੀਂ ਪਤਾ ਮਾਸੀ ਜੀ। ਓਏ ਰੋੜਾ, ਤੁਹਾਨੂੰ ਜਮੇ ਨਹੀਂ ਪਤਾ? ਨਾ ਮਾਸੀ, ਸਾਨੂੰ ਤਾਂ ਭਾਈ ਨੇ ਜਮਾ ਹੀ ਬਗਾਨਾ ਕਰਤਾ, ਸਾਨੂੰ ਤਾਂ ਇਸ ਗੱਲ ਦੀ ਭਿਣਕ ਵੀ ਨਹੀਂ। ਸਾਨੂੰ ਮਾਸੀ ਜੀ ਕਿਹੜਾ, ਉਹ ਆਪਦਾ ਸਮਝਦੇ ਨੇ। ਹਾਏ ਚੰਦਰੀ, ਮੈਂ ਕਰਦੀ ਹਾਂ ਉਹਦੇ ਨਾਲ ਗੱਲ। ਵਿੱਚ ਬਾਰੋ ਉਹ ਮਾਸੀ, ਉਹ ਰਹਿਣ ਦਿਓ ਮਾਸੀ ਜੀ, ਕਿਵੇਂ ਨੂੰ ਗੱਲ ਕਰ ਲੈਂਦੇ ਹੋ ਉਹ ਮਾਸੀ। ਵਿੱਚ ਬਾਰੋ ਬਸ ਦੱਸਣਾ ਹੀ ਸੀ ਮਾਸੀ ਜੀ, ਕੰਮਾਂ ਕਾਰਾਂ ਚ ਬਾਹਲੇ ਉਲਝੇ ਪਏ ਆ, ਨਾਲੇ ਉਹ ਕਿਹੜੇ ਬਗਾਨੇ ਨੇ, ਆਪਣੇ ਹੀ ਨੇ। ਨਾ ਗੱਲ ਸੁਣ, ਜੇ ਤੇਰੀ ਸੱਸ ਜਿਉਂਦੀ ਹੁੰਦੀ ਤਾਂ ਉਹਨੇ ਆਹ ਕੰਧ ਕੱਢਣ ਦੇਣੀ ਸੀ? ਹੁਣ ਭੈਣ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਹੈ, ਮੈਂ ਤੁਹਾਨੂੰ ਅੱਡ ਨਹੀਂ ਹੋਣ ਦੇਣਾ। ਨੀ ਤੁਹਾਡੇ ਬਾਬੇ ਦੀ ਦਸਾਂ ਪਿੰਡਾਂ 'ਚ ਇੱਜ਼ਤ ਸੀ, ਨਾ ਉਹਦਾ ਜਲੂਸ ਕੱਢਣਾ। ਭਾਈ ਉਹਨਾਂ ਨਾਲ ਬਣਦਾ ਸਰਦਾ ਵਿਹਾਰ ਕਰੋ। ਕੋਈ ਨਹੀਂ ਮਾਸੀ ਜੀ, ਮੈਂ ਭੇਜਦੀ ਹਾਂ ਸੱਦਾ।
ਭੇਜਣਾ ਹੀ ਸੀ, ਕਾਲ ਜੀ ਹੋ ਗਈ। ਹਾਂਜੀ ਤੁਸੀਂ ਦੱਸੋ ਭੈਣ ਜੀ। ਵੀਰੇ ਤੂੰ ਮੇਰੀ ਗੋੜਾ ਲਈ ਗੱਚਕ ਲਿਆਇਆ? ਆਓ ਆਓ ਸਰਦਾਰ ਜੀ। ਪਰਚੀ ਹਾਂ ਬਣੀ ਪਈ ਹੈ ਜੀ। ਪਰਚੀ ਮੈਂ ਕਿੱਥੇ ਰੱਖ ਬੈਠਾ, ਇੱਥੇ ਕਿੱਥੇ ਰੱਖੀ? ਆ ਲਓ ਆ ਪਰਚੀ ਤੁਹਾਡੀ ਬਣਾ ਲਈ। ਮੰਗੇ ਤੂੰ ਆ 300 ਰੁਪਇਆ ਰੱਖ, ਬਾਕੀ ਫੇਰ ਕਰਦੇ ਆ। ਮੈਨੂੰ ਜੱਗੀ ਹੁਣੀ ਡੀਕਦੇ ਆ ਤੇ ਫੇਰ ਕਰਦੇ ਆ। ਚੰਗਾ ਜੀ। ਬਜਾਲਾ ਬਜਾਲਾ ਬੁੱਗੇ, ਕੋਈ ਨਾ ਇੱਕ ਵਾਰ ਹੋਰ ਬਜਾਲਾ, ਜਵਾਕਾਂ ਦੇ ਖੇਡਣ ਨੂੰ ਲਵਾਈ ਆ ਇਹ। ਵੀਰੇ ਵਿੱਦਿਆ ਪੜਾਈ ਦੀ ਸੌ, ਮੈਂ ਟੀ ਨਹੀਂ ਬਜਾਈ। ਕੋਈ ਨਾ ਨਿੱਕੀ ਇੱਧਰ। ਓ ਇਹ ਨਹੀਂ ਹਟਦੀ, ਇਹ ਕੁੜੀ ਤਾਂ ਤੂਫਾਨ ਮੇਲਾ। ਬੱਚੀ ਬਹੁਤ ਪਿਆਰੀ ਆ ਜੀ, ਪਰ ਜਿਸ ਹਿਸਾਬ ਨਾਲ ਵਿੱਦਿਆ ਪੜਾਈ ਦੀ ਸੌ ਖਾਂਦੀ ਆ ਨਾ, 8ਵੀਂ ਨਹੀਂ ਟੱਪਦੀ। ਭੈਣਾ ਤੁਸੀਂ ਪੁੱਛ ਰਹੀਆਂ ਸੀ ਨਾ, ਇਹ ਉਹੀ ਸ਼ਖਸ ਆ ਜੋ ਬੇਸਹਾਰਾ ਬਜ਼ੁਰਗਾਂ ਦੇ ਚੁੱਲ੍ਹੇ ਬਾਲਦਾ। ਕਿਆ ਬਾਤਾਂ ਸਰਦਾਰ ਦੀਆਂ, ਤਾਂਹੀਓ ਰੱਬ ਨੇ ਭਾਗ ਲਾਏ ਨੇ। ਉਹ ਫਿਰ ਨਿਆਈ ਵਾਲੀ ਨੂੰ ਪਾਣੀ ਲਾਤਾ ਸੀ? ਹਾਂਜੀ। ਆਹ ਮੱਝਾਂ ਨੂੰ ਸੰਨੀ ਕਰਦੀ, ਮੈਂ ਨਾਲੇ ਮਾਰਦਾ ਇੱਕ ਦੋ ਦਿਨਾਂ ਚ ਪਟਿਆਲੇ ਗਿਆ। ਸਤਿ ਸ੍ਰੀ ਅਕਾਲ ਸਰਦਾਰ ਸਾਹਿਬ, ਘਰੇ ਹੀ ਹੋ? ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਘਰੇ ਹੀ ਹੈ? ਆ ਜਾ ਆ ਜਾ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਚਾਚਾ ਜੀ, ਸਤਿ ਸ੍ਰੀ ਅਕਾਲ ਚਾਚਾ ਜੀ, ਸਤਿ ਸ੍ਰੀ ਅਕਾਲ ਭਾਈ। ਉਹ ਤੂੰ ਮਰ ਜਾਣੀ ਹੈ, ਸਕੂਲ ਨਹੀਂ ਗਈ? ਛੁੱਟੀਆਂ ਨੇ। ਲੈ ਤੈਨੂੰ ਕਾਹਦੀਆਂ ਛੁੱਟੀਆਂ ਪੈ ਗਈਆਂ? ਬੜੇ ਦਿਨਾਂ ਦੀਆਂ ਛੁੱਟੀਆਂ। ਹੋਰ ਸਰਦਾਰ ਸਾਹਿਬ, ਸਭ ਰਾਜੀ ਬਾਜੀ? ਅਸੀਂ ਤਾਂ ਰਾਜੀ ਬਾਜੀ ਆ ਰਾਜਿਆ, ਤੂੰ ਸੁਣਾ ਤਕੜਾ? ਹਾਂਜੀ, ਉਹ ਬੜੇ ਬੀਬੀ ਜੀ ਹੁਣਾ ਲੋ ਵਿਆਹ ਦਾ ਸੱਦਾ ਆ, 2 ਮਾਘ ਦਾ ਵਿਆਹ ਨਾ ਕਾਕੇ ਦਾ। ਸ਼ਾਬਾਸ਼ ਏ, ਹੋਰ 2-4 ਦਿਨ ਠਹਿਰ ਕੇ ਆ ਜਾਂਦਾ ਭਾਈ? ਹਾਂ ਬਸ ਜੀ, ਸਾਨੂੰ ਤੇ ਜਿਵੇਂ ਹੁਕਮ ਹੋਇਆ। ਆਪਾਂ ਤੈਨੂੰ ਵੀਰੇ ਦੇ ਵਿਆਹ ਤੇ ਨਾ ਜਮਾ ਹੀ ਗੁੱਡੀ ਕਰਕੇ ਕੱਪੜੇ ਪਵਾਉਣੇ, ਠੀਕ ਹੈ? ਨਾ ਆ ਕੀ ਗੱਲ ਹੋਈ, ਆ ਕੋਈ ਤਰੀਕਾ ਵਿਆਹ ਚ ਸੱਦਣ ਦਾ? ਬਗਾਨਿਆਂ ਵਾਂਗੂ ਸੱਦਾ ਭੇਜਦਾ, ਸਾਰੇ ਪਿੰਡ ਚ ਬੂੰਦੇ ਵਾਲੇ ਲੱਡੂ ਵੰਡੇ ਨੇ। ਭੈਣ ਜੀ ਨੇ ਤਾਂ ਸੱਚੀ ਜਮੀ ਸ਼ਰਮ ਲਾ ਦੀ। ਨਾ ਭਾਬੀ ਜੋ ਹੈ ਸੋ ਹੈ, ਨਾ ਬਾਈ ਨੂੰ ਨਹੀਂ ਦਿੰਦਾ, ਉਹ ਜਮਾ ਹੀ ਅੰਨਾ ਹੋ ਗਿਆ। ਬਸ ਬਸ ਆਪਾਂ ਨਹੀਂ ਜਾਣਾ। ਗੁੱਡੀ ਭੈਣੇ, ਵੀਰੇ ਦੀ ਬਰਾਤ ਕਿਹੜੇ ਪਿੰਡ ਜਾ ਰਹੀ ਹੈ? ਚੁੱਪ। ਬਾਪੂ ਜੀ, ਕਿਹੜੇ ਪਿੰਡ ਜਾਣੀ ਹੈ ਵੀਰੇ ਦੀ ਬਰਾਤ? ਜਿੱਥੇ ਮਰਜ਼ੀ ਜਾਣੀ ਹੋਵੇ, ਜਿਹੜੇ ਪਿੰਡ ਜਾਣਾ ਹੀ ਨਹੀਂ ਉਹਦਾ ਰਾਹ ਪੁੱਛ ਕੇ ਕੀ ਲੈਣਾ? ਕਿਹੜੇ ਪਿੰਡ ਜਾਣੀ ਹੈ ਬਰਾਤ? ਚੰਤੂ ਹੀ ਆਊਗੀ, ਤਾਂ ਹੀ ਤਾਂ ਬਾਪੂ ਜੀ ਨੇ ਮਨਾ ਕਰਤਾ ਵਿਆਹ ਤੇ ਜਾਣ ਨੂੰ। ਚੰਦ ਤੇ ਜਾਣਾ ਕਿਹੜਾ ਸੌਖਾ ਹੀ ਆ। ਚੱਲ ਸੌ ਜਾ, ਭੈਣੇ ਪੁਰਾਣੇ ਵੀ ਚੰਤੂ ਹੀ ਆਉਂਦੇ ਨੇ। ਤੁਹਾਡਾ ਪੁਰਾਣਾ ਵੀ ਚੰਤੂ ਹੀ ਆਊਗਾ?
वैसे भाई वो धक्के जे नाल लूट आ गया अपना काम शिकार तो निकल गया जी इत्थों। ओ नहीं यार मैं दसदा वो जिहड़ा मनजिंदर भाई तुसी ना आप कारतूस बनाने हो सिक्का पिघला के ये उहदे नाल मार थले आ गया नहीं बारह बोर ना मरन वाला है नहीं सी ये। ओ वैसे बारह पूरा बोर की तो लोड़ ही नहीं सी यार इन्नी तो ठंड पई जांदी है शिकार तो ठंड नाल ही मर जाना सी चक लियावे चाहे ठंड जिन्नी मर्जी आ वीरे पर बेट च शिकार पहला नालों वध आ जांदा। लै लो नज़ारे करम सिंह आही साल आ थोड़े को जिस हिसाब नाल सख्ताई हो रही है ना परमट नहीं मिलने थोनू। लै तेरी जिंद नूं परमटां दे घाटे ने बड़े बड़े अफसरां दी कुड़ियां दे रिश्ते आउंदे ने तेनू हां तां कर मुड़ के आही कम्मां ते आ। अफसरां दे बच्चियां दे रिश्ते अफसरां दे घर ही होणे आ। तहसीलदार साहब DSP साहब ने आ बीबा जी दी फोटो पटियाले तों खास खिचवा के भेजी है वेखो तां सही। ਕਹਿੰਦਾ ਮੈਂ ਹਲੇ ਵਿਆਹ ਨਹੀਂ ਕਰਾਉਣਾ। ਨਹੀਂ ਵਿਆਹ ਤਾਂ ਕਰਾਉਣਾ ਜੀ ਪਰ ਇਹ ਮੇਰੇ ਦਿਲੋਂ ਨਹੀਂ ਲੱਗੀ। ਕੋਈ ਗੱਲ ਨਹੀਂ ਕਾਕਾ ਜ਼ਿੰਦਗੀ ਤੈਂ ਗੁਜ਼ਾਰਨੀ ਹੈ ਤੇਰੇ ਨਾਲ ਕੋਈ ਧੱਕਾ ਨਹੀਂ ਹੋਏਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੁੜੀ ਡਿਪਟੀ ਦੀ ਹੈ ਜਾਂ ਕਲਰਕ ਦੀ ਬਸ ਕੁੜੀ ਸਾਊ ਹੋਵੇ ਤੇ ਬੰਦੇ ਖਾਨਦਾਨੀ ਹੋਣ ਜਦੋਂ ਇਹੋ ਜਿਹੀ ਕੁੜੀ ਦਿਲ ਨੂੰ ਲੱਗੇ ਤਾਂ ਦੱਸਦਾ ਵੀ। ਯਾਰ ਮੈਨੂੰ ਤੇਰੇ ਨਹੀਂ ਪਤਾ ਲੱਗਦਾ ਐਡੀ ਸੋਹਣੀ ਕੁੜੀ ਸੀ। ਮੈਂ ਕਦ ਕਿਹਾ ਵੀ ਸੋਹਣੀ ਨਹੀਂ ਸੀ ਫਿਰ ਜਵਾਬ ਕਿਉਂ ਦਿੱਤਾ। ਉਹ ਨੇਰਾ ਪੂਰਾ ਸੋਹਣਾ ਹੋਣਾ ਹੀ ਥੋੜ੍ਹੀ ਸਾਰਾ ਕੁਛ ਹੁੰਦਾ ਦਿਲ ਨੂੰ ਵੀ ਲੱਗਣੀ ਚਾਹੀਦੀ ਆ। ਯਾਰ ਤੇਰੇ ਦਿਲ ਨੂੰ ਲੱਗੀ ਆ ਕਦੇ ਕੋਈ ਤੈਨੂੰ ਯਾਦ ਆ ਜਦ ਆਪਾਂ ਕਾਲਜ ਜਾਂਦੇ ਹੁੰਦੇ ਸੀ ਇੱਕ ਪੁਲੀ 'ਤੇ ਬਿਮਾਰ ਜਿਹੀ ਕੁੜੀ ਬੈਠੀ ਹੁੰਦੀ ਸੀ ਫਿਰ ਉਹ ਦੇਖ ਦੇਖ ਕੇ ਵਿਚਾਰੀ ਨੇ ਨਾ ਅੱਖਾਂ 'ਚ ਟੀਰ ਪਾ ਲਿਆ ਪਰ ਤੂੰ ਉਹਦੇ ਕਦੀ ਨਹੀਂ ਝਾਕਿਆ। ਹੋਰ ਤਾਂ ਹੋਰ ਆਪਣੇ ਆਰਟ ਡਿਪਾਰਟਮੈਂਟ 'ਚ ਵੀ ਨਾ 100 ਕੁੜੀ ਹੋਣੀ ਆ। ਯਾਰ ਤੈਨੂੰ ਕੋਈ ਵੀ ਨਹੀਂ ਪਸੰਦ ਆਈ ਫਿਰ ਯਾਰ ਲੱਗੂ ਕਿਹੜੀ। ਇੱਕ ਕੁੜੀ ਹੈ ਮੈਂ ਦੱਸਾਂ ਕੌਣ ਹੈ। ਕੌਣ? ਜਿਹੜੀ ਅੱਜ ਦੇ ਵਿਆਹ 'ਤੇ ਮਿਲੀ ਸੀ। ਸਮਝ ਗਿਆ ਮੈਂ। ਸਹੀ ਗੱਲ ਆ ਯਾਰ ਜਿੰਨੀਆਂ ਜੱਗੀ ਤੂੰ ਕੁੜੀਆਂ ਗਣਾਈਆਂ ਨੇ ਨਾ ਉੱਪਰ ਉਹਦਾ ਭੋਲਾਪਣ ਇਹਨਾਂ ਸਾਰੀਆਂ ਨਾਲ ਵੱਡ ਸੀ। ਏ ਸ਼ਾਬਾਸ਼ ਚੱਲ ਫਿਰ ਰਾਜੂ ਨਾਲ ਗੱਲ ਕਰਨ ਚੱਲੀ। ਨਹੀਂ ਰਾਜੂ ਨਾਲ ਨਹੀਂ ਗੱਲ ਕਰਨੀ ਆਪਾਂ। ਕਿਉਂ? ਤੈਨੂੰ ਕਿਉਂ ਲੱਗਦਾ ਵੀ ਆਪਾਂ ਨੂੰ ਰਾਜੂ ਨਾਲ ਗੱਲ ਕਰਨੀ ਚਾਹੀਦੀ ਹੈ? ਕਿਉਂ? ਆਪਾਂ ਰਾਜੂ ਦੇ ਵਿਆਹ 'ਤੇ ਗਏ ਸੀ ਉਹਦੀ ਭੈਣ ਦੀ ਸਹੇਲੀ ਆ ਉਹ। ਇਸੇ ਗੱਲ ਕਰਕੇ ਮੈਂ ਨਹੀਂ ਚਾਹੁੰਦਾ ਵੀ ਰਾਜੂ ਦੇ ਦਿਲ 'ਚ ਕੋਈ ਇੱਦਾਂ ਦੀ ਗੱਲ ਜਾਵੇ। ਤੂੰ ਕੋਈ ਹੋਰ ਵਿਚੋਲਾ ਲੱਭ। ਫਿਰ ਇੱਕ ਬੰਦਾ ਹੈ। ਹਾਂਜੀ ਕਾਬਲ ਸੌਣ ਦੇ ਛੋਟੇ ਭਰਾ ਸੁੱਚਾ ਸੌਣ ਦੀ ਕੁੜੀ ਆ। ਆ ਸਾਡੇ ਕੋਲ ਖਾਤਾ ਹੈ ਉਹਨਾਂ ਦਾ। 2 ਕਿਲੋ ਮੋਠਾਂ ਦੀ ਦਾਲ ਪਾਈ ਆ, ਹਲਦੀ 2 ਬੱਤੇ, 1 ਪੈਕਟ ਸ਼ੋਕਰਾ ਸਾਬਣ, 1 ਨੀਲ ਦੀ ਡੱਬੀ, 8 ਇੱਦਾਂ ਤੇ 16 ਤੇ 64 ਬਣ ਗਿਆ ਤੁਹਾਡੇ। ਉਹ ਮੰਗਿਆ ਅਸੀਂ ਕੋਈ ਤੇਰੇ ਨਾਲ ਉਹਨਾਂ ਦਾ ਹਿਸਾਬ ਨਹੀਂ ਕਰਨਾ, ਅਸੀਂ ਤਾਂ ਕੁੜੀ ਬਾਰੇ ਪੁੱਛਣ ਆਏ। ਤੇ ਪੁੱਛਾ। ਆ ਮਨਜਿੰਦਰ ਬਾਈ ਨੂੰ ਉਹ ਕੁੜੀ ਬਹੁਤ ਪਸੰਦ ਹੈ। ਹਾਂ ਸਾਨੂੰ ਧੀਮੀ ਆਦਮੀ ਨੂੰ ਬਹੁਤ ਕੁੜੀ ਪਸੰਦ ਹੈ, ਕੁੜੀ ਹੈ ਬਹੁਤ ਚੰਗੇ। ਮੰਗਿਆ ਮੈਂ ਹਿਸਾਬ ਲਾਇਆ, ਤੈਨੂੰ ਗੱਲ ਸਮਝ ਬਹੁਤ ਛੇਤੀ ਆਉਂਦੀ ਹੈ। ਉਹ ਮੰਗੇ ਉਵੇਂ ਨਹੀਂ ਯਾਰ, ਮਨਿੰਦਰ ਬਾਈ ਨੇ ਵਿਆਹ ਕਰਾਉਣਾ ਉਹਦੇ ਨਾਲ। ਹਾਂ ਤੇ ਫਿਰ ਸੌਦਾ ਲਿਖਾਓ ਕੰਮ ਨੇ ਬੜੋ ਕਾ। ਓ ਯਾਰ ਸੌਦੇ ਦਾ ਕੀ ਕਰਨਾ ਅਸੀਂ, ਤੈਨੂੰ ਵਿਚੋਲਾ ਪਾਉਣਾ ਵਿੱਚ। ਅੱਛਾ ਜੀ, ਮੋਰੀ ਦੀ ਇੱਟ ਚਵਾਲੇ ਨੂੰ ਲਾਉਣ ਨੂੰ ਫਿਰਦੇ ਆ। ਹਾਂ ਜੋੜੀ ਵੀ ਬਹੁਤ ਸੋਹਣੀ ਬਣਦੀ ਹੈ, ਬਾਈ ਹਾਲ ਦੇਖ ਕੇ ਲੱਗਦਾ। ਖੱਟ ਲਾ ਫਿਰ ਪੁੰਨ ਮੰਗਿਆ। ਤਾਂ ਸੁੱਚਾ ਸੋਹਣਾ ਮੇਰਾ ਕੋਈ ਲਿਹਾਜ ਨੀ। ਹਾਂ ਬੇਬੇ ਹਰਦੇਵ ਕੌਰ ਨੂੰ ਆਪਾਂ ਪੁੱਛ ਸਕਦੇ ਆ। ਇਹ ਕੌਣ ਆ ਹੁਣ? ਉਹ ਕੁੜੀ ਦੇ ਪਿਓ ਦੀ ਸਕੀ ਮਾਸੀ ਆ ਤੇ ਟੱਬਰ ਚੋਂ ਉਹਦਾ ਕੋਈ ਕਹਿਣਾ ਨਹੀਂ ਮੋੜਦਾ, ਊ ਮੇਰਾ ਬਾਲਾ ਕਰਦੀ ਹੈ। ਅੱਛਾ ਫਿਰ ਤਾਂ ਬਣ ਗਈ ਗੱਲ ਬਾਈ। ਬਾਈ ਊ ਨਾ ਜਾਣੀ, ਸਾਡੇ ਪਿੰਡ 'ਚ ਸਾਡੇ ਟੱਬਰ ਦੀ ਬਣੀ ਬਹੁਤ ਹੈ। ਤੂੰ ਆ ਜਾ।
ਜੱਗੀ ਅੱਗ ਦੇ ਤਾਂ ਪੂਰੀ ਲੋਟ ਹੈ ਅਬਾਲ ਅੰਦਰ ਕਰਦੇ 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 ਸੋਹਣਾ ਲੱਗੇ ਦੇਖੇ ਤੂੰ ਆਪਣੀ ਤਾਂ ਮਾਤਾ ਨਾਲ ਬਣੀ ਬਹੁਤ ਹੈ ਹੁਣ ਦੇਖੇ ਤੂੰ ਕਿੰਨਾ ਕਰਦੀ ਬੇਬੇ ਬੇਬੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੈਰੀ ਪਹਿਨਾ ਬੇਬੇ ਜਿਉਂਦਾ ਰਹਿ ਪੁੱਤ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਬੇਬੇ ਚਾਹ ਦੀ ਖੇਚਲ ਨਾ ਕਰੀ ਅਸੀਂ ਗੱਲ ਕਰਕੇ ਨਿਕਲ ਜਾਣਾ ਜੱਗੀ ਬੈਠਾ ਆਪਣਾ ਹੀ ਘਰ ਆ ਕੁਰਸੀ ਤੇ ਬੈਠ ਤੂੰ ਬੈਠ ਜਾ ਪੁੱਤ ਬੇਬੇ ਤੁਹਾਡਾ ਮੈਂ ਕੰਮ ਸਿਖਾਲਾ ਕਰਤਾ ਅੱਛਾ ਹਾਂ ਇਹ ਜਿਹਾ ਕਿਹੜਾ ਕੰਮ ਕਰਦਾ ਵੀ ਤੂੰ ਮੇਰਾ ਬੇਬੇ ਤੁਹਾਡੀ ਖਾਤਰ ਮੁੰਡਾ ਲੱਭ ਲਿਆ ਮੇਰੇ ਖਾਤਰ ਮਰ ਜਾਣਾ ਬੇਬੇ ਗੱਲ ਤਾਂ ਸੁਣਿਆ ਕਰ ਤੁਹਾਡੀ ਖਾਤਰ ਨਹੀਂ ਸੁੱਚਾ ਸਿੰਘ ਦੀ ਕੁੜੀ ਖਾਤਰ ਇਹ ਤਾਂ ਊ ਮੂੰਹ ਚੋਂ ਨਿਕਲ ਗਿਆ ਐਵੇਂ ਜੇਕਰ ਮੇਰੇ ਅੱਜੋਂ ਖੂਨੀ ਨਿਕਲ ਗਈ ਕੌਣ ਹੈ ਮੁੰਡਾ ਮੈਂ ਵਿਚੋਲਾ ਅੱਛਾ ਕੌਣ ਹੈ ਫਿਰ ਹਾਂ ਪਿੰਡ ਦਾ ਹੀ ਆ ਮੰਗਿਆ ਤੁਹਾਡੇ ਪਿੰਡ ਦੀਆਂ ਬੁੜੀਆਂ ਚ ਬਾਲਾ ਜ਼ੋਰ ਆ ਓਏ ਨਾਲੇ ਤੂੰ ਤਾਂ ਕਹਿੰਦਾ ਸੀ ਬੇਬੇ ਤੇਰਾ ਕਰਦੀ ਊ ਬਹੁਤ ਹੈ ਕਰਦੀ ਓ ਆ ਓਪਰਾ ਕਰਦੀ ਆ ਮੈਂ ਕਿਤੇ ਦਾ ਹੇਰਵਾ ਕਰਦੀ ਆ ਓ ਯਾਰ ਹੇਰਵੇ ਨੂੰ ਮੈਂ ਕੱਟੜੂਆ ਬਣਾਉਣਾ ਦੰਦ ਕੱਢਦੇ ਸੇਕਲਾ ਸੇਕਲਾ ਓ ਨਾਲੇ ਜਾਤਾ ਤੂੰ ਕਹਿੰਦਾ ਸੀ ਓਏ ਥੋਡੀ ਪਿੰਡ ਚ ਬਣੀ ਊ ਬਹੁਤ ਹੈ ਆ ਬਣੀ ਨੀ ਬਣੀ ਓ ਆ ਆਈ ਬਣਦੀ ਆ ਜਦ ਕਿਸੇ ਦੇ ਘਰ ਜਾਂਦੇ ਨੇ ਓ ਮੰਗਿਆ ਮੈਂ ਤਾਂ ਕਹਿਣਾ ਰੱਬ ਤੁਹਾਡੀ ਐਂ ਹੀ ਬਣਾਈ ਰੱਖੇ ਤੁਹਾਨੂੰ ਸਰਦਾਰਾਂ ਨੂੰ ਆਉਂਦੀਆਂ ਗੱਲਾਂ ਅੱਠ ਤੇ ਗੋਡੇ ਨਾਲ ਜਦੋਂ ਸਾਈਕਲ ਚਲਾਉਣਾ ਪਊ ਨਾ ਤੁਹਾਨੂੰ ਫੇਰ ਪਤਾ ਲੱਗੂ ਦੋਨਾਂ ਨੂੰ ਜੱਗੀ ਮੰਗਾ ਹੈ ਯਾਰਾਂ ਦਾ ਯਾਰ ਇਹ ਗੱਲ ਤਾਂ ਹੈ ਯਾਰੀ ਪਿੱਛੇ ਤਾਂ ਇਹ ਕੁਰਬਾਨੀ ਵੀ ਦੇ ਦੂ ਆਹੋ ਹੁਣ ਮੈਨੂੰ ਬੱਕਰਾ ਬਣਾਓ ਲੈ ਇੱਧਰ ਫੜਾ ਆ ਲੈ ਫੜ ਤੂੰ ਦੇ ਲਾ ਸੇਕਾ ਮੱਚਦਾ ਕਿਉਂ ਏ ਉਹ ਬਾਈ ਮੇਰੀ ਸੁਣੋ ਗੱਲ ਮੇਰੀ ਮਿਹਨਤ ਆ ਤੁਹਾਡੇ ਅੱਗੇ ਮੇਰੀ ਬੇਵਸੀ ਆ ਤੁਸੀਂ ਕੋਈ ਵਿਚੋਲਾ ਹੋਰ ਲੱਭ ਲਓ ਐਂ ਕਿਵੇਂ ਨਹੀਂ ਜਾਣਾ ਜਾਣਾ ਤਾਂ ਪਊਗਾ ਤੁਹਾਡੇ ਪਿਓ ਦਾਦੇ ਦੀ ਇੱਜ਼ਤ ਬਣੀ ਹੋਈ ਹੈ ਮਿੱਟੀ 'ਚ ਤਾਂ ਨਾ ਰੋਲੋ ਚਲੇ ਤਾਂ ਜਾਈਏ ਮਾਸੀ ਜੀ ਪਰ ਅੱਗੋਂ ਕੋਈ ਚਾਹੁੰਦਾ ਵੀ ਤਾਂ ਹੋਵੇ ਦੋ ਲਾਉਂ ਤੇਰੇ ਚੁੱਪ ਕਰ ਜਾ ਨੀ ਬਹੂ ਕਿਵੇਂ ਬੋਲਣ ਲੱਗੀ ਹੈ ਤੇਰੇ ਤਿੰਨ ਧੀਆਂ ਨੇ ਗਾਹਾਂ ਉਹਨਾਂ ਨੇ ਵੀ ਵਿਆਹ ਕਰਨੇ ਨੇ ਕਿਹੜਾ ਰਿਸ਼ਤੇਦਾਰ ਆਊਗਾ ਉਹ ਵੱਡਾ ਤਾਂ ਜਿਹੜੀ ਕਰਤੂਤ ਦਾ ਮਾਲਕ ਹੈਗਾ ਹੈਗਾ ਤੂੰ ਤਾਂ ਸਿਆਣਾ ਬਣ ਲੋਕਾਚਾਰੀ ਵੀ ਕੋਈ ਚੀਜ਼ ਹੁੰਦੀ ਹੈ ਪੁੱਤ ਠੀਕ ਹੈ ਮਾਸੀ ਕਿਸੇ ਨੂੰ ਤਾਂ ਲੋਕਾਚਾਰੀ ਦਾ ਧਿਆਨ ਕਰਨਾ ਹੀ ਪੈਣਾ ਜੇ ਵੱਡਾ ਨਹੀਂ ਕਰੂ ਤਾਂ ਛੋਟਾ ਕਰੋ ਠੀਕ ਹੈ ਮਾਸੀ ਅਸੀਂ ਜਾਵਾਂਗੇ ਸੋਹਾਂਗੇ
ਬੀਜੀ ਕਿੰਨੇ ਕੁ ਵਜੇ ਤੱਕ ਮੁੜਿਆ ਬਰਾਤ ਭਲਾ? ਪੁੱਤ ਆਥਣੇ ਹੋ ਜਾਓ, ਕਵੇਲੇ ਤੱਕ ਹੀ ਆਉਣਗੇ। ਉਹ ਬਾਪੂ ਜੀ ਆਪ ਤਾਂ ਚਲੇ ਗਏ, ਸਾਨੂੰ ਲੈ ਕੇ ਨਹੀਂ ਗਏ। ਭਾਈ ਸਾਹਿਬ, ਪਿੰਡ 'ਚ ਸਾਡੀਆਂ ਤਿੰਨ ਪੱਤਲਾਂ ਬਣਦੀਆਂ, ਉਹ ਤਿਆਰ ਕਰਵਾ ਦਿਓ। ਪਾਲ ਪੋਸ ਕੇ ਹੱਥੀ ਵਿਛੋੜ ਦੇਣਾ, ਟੁਕੜਾ ਤੋੜ ਕੇ ਅੱਛਾ ਵੀ ਹਰਨੇਕ ਸਿੰਘ, ਇਸ ਕੁੜੀ ਦੀ ਜ਼ਿੰਮੇਵਾਰੀ ਹੁਣ ਤੇਰੀ ਹੈ।
ਹੁਣ ਤੂੰ ਹੀ ਇਸਦਾ ਪਿਓ। ਆਪਣੇ ਸਹੁਰੇ ਨੂੰ ਆਪਣਾ ਪਿਓ ਸਮਝੀ ਤੇ ਆਪਣੀ ਸੱਸ ਦੀ ਅਕਲ ਨੂੰ ਆਪਣੇ ਰੱਬ ਦਾ ਹੁਕਮ। ਇੱਕ ਜਮਾਂ ਹੀ ਆਮ ਜਿਹਾ ਬੰਦਾ, ਹੁਣ ਮੈਨੂੰ ਸਮਝ ਨਹੀਂ ਆਉਂਦੀ ਬਈ ਮੈਂ ਇੱਦਾਂ ਦੇ ਕਿਹੜੇ ਕਰਮ ਕੀਤੇ ਸੀ ਜੋ ਰੱਬ ਨੇ ਮੈਨੂੰ ਤੂੰ ਬਖਸ਼ੀ। ਬਾਲੀ ਸੋਹਣੀ ਹੈ, ਚੰਨ ਦਾ ਟੁਕੜਾ ਹੈ। ਵਧਾਈਆਂ ਭੈਣੇ, ਬਹੁਤ ਬਹੁਤ ਵਧਾਈਆਂ। ਕਿਵੇਂ ਦੀ ਲੱਗੀ ਨਾ ਰਾਣੀ? ਮੈਂ ਕਹਿੰਦੀ ਹਾਂ ਬਾਲੀ ਸੋਹਣੀ ਹੈ, ਵੇਖ ਕੇ ਹੀ ਰੱਜ ਹੋ ਗਿਆ। ਬੁਰੀਆਂ ਨਜ਼ਰਾਂ ਤੋਂ ਬਚਾਈ, ਆ ਖਾਸ ਕਰਕੇ ਚੌਣੇ ਤੋਂ। ਜਾ ਕਾਟੋ, ਮਟਰ ਮੁਟਰ ਕੱਢਾ ਪੁੱਤ, ਭੂਆ ਦੇ ਨਾਲ ਸਬਜ਼ੀ ਬਣਾਈਏ। ਜਾ ਮੇਰੀ ਧੀ। ਬੀਬੀ ਰਾਣੀਏ, ਮੇਰੀ ਇੱਕ ਗੱਲ ਸੁਣ ਲਾ ਪੁੱਤ। ਆ ਗਵਾਂਢ ਨਾ ਮੇਰੀ ਦਰਾਣੀ ਦਾ ਘਰ ਆ, ਪਰ ਆਪਣੀ ਇਹਨਾਂ ਨਾਲ ਕੋਈ ਸਾਂਝ ਨਹੀਂ। ਤੂੰ ਵੀ ਇਹਨਾਂ ਨੂੰ ਮੂੰਹ ਨਹੀਂ ਲਾਉਣਾ। ਤੇ ਇੱਕ ਹੋਰ ਗੱਲ ਆਪਣੇ ਪੱਲੇ ਬੰਨ ਲਾ, ਮੇਰੀ ਇਸ ਸ਼ਰੀਕਣੀ ਦੀਆਂ 3 ਕੁੜੀਆਂ ਨੇ ਤੇ ਜੇਠੀ ਸਭ ਤੋਂ ਬੜੀ ਕਲਹਿਣੀ ਹੈ। ਆਪ ਤੇ ਆਈ ਹੋ, ਪਿੱਛੇ ਕੁੜੀਆਂ ਦੀ ਫੌਜ ਲੈ ਕੇ ਆਈ। ਚਾਹੇ ਕੁਛ ਵੀ ਹੋ ਜਾਏ, ਤੈਂ ਉਹਨੂੰ ਆਪਣਾ ਮੂੰਹ ਨਹੀਂ ਦਿਖਾਉਣਾ। ਜੇ ਤੇਰੇ ਮੱਥੇ ਲੱਗ ਗਈ ਨਾ, ਤੇਰੇ ਵੀ ਬੀਬੋ ਪੱਕਾ ਕੁੜੀਆਂ ਹੀ ਹੋਣਗੀਆਂ, ਮੇਰੇ ਤੋਂ ਲਖਾਲ ਹੈ। ਮੈਨੂੰ ਤਾਂ ਆਉਂਦੀ ਲੋਹੜੀ ਤੱਕ ਤੇਥੋਂ ਮੁੰਡਾ ਹੀ ਚਾਹੀਦਾ, ਲੱਗੀ ਸਮਝ? ਤੇ ਨਾਲੇ ਇੱਕ ਗੱਲ ਹੋਰ, ਜੇ ਮੈਂ ਤੈਨੂੰ ਉਸ ਕੁੜੀ ਨਾਲ ਗੱਲ ਕਰਦਿਆਂ ਦੇਖ ਲਿਆ ਨਾ, ਤਾਂ ਤੇਰੀ ਗਠੜੀ ਬੰਨ ਕੇ ਪੇਕੇ ਤੋਰ ਦੂੰ, ਤੇ ਰੱਬੇ ਤੇਰਾ ਚਾਚਾ ਕਬੀਲਦਾਰੀਆਂ ਨੇ ਜਿੱਠਦਾ ਫਿਰੂਗਾ। ਨਹੀਂ ਨਹੀਂ ਬੀਜੀ, ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰਾਂਗੇ। ਬਸ ਪੁੱਤ, ਇਸੇ ਤਰ੍ਹਾਂ ਬੀਬੀ ਧੀ ਬਣ ਕੇ ਰਵੀ, ਬੜੀ ਚੰਗੀ ਹੈ। ਪ੍ਰੀਤੀ, ਮਾੜਾ ਜਿਹਾ ਪਾਣੀ ਪਾਈ ਇੱਥੇ। ਨਿੰਮੋ ਬਸ ਵੀ ਕਰ ਜਾ ਹੁਣ, ਬਥੇਰੀਆਂ ਐਡੀਆਂ ਕੁਚਲੀਆਂ ਨੇ ਤੂੰ। ਹਾਂ, ਪਹਿਲਾਂ ਘੱਟ ਸੋਹਣੀਆਂ ਨੇ। ਇਹ ਸੋਹਣੀਆਂ ਤੇ ਗੁੱਡੀ ਦੀ ਭਾਬੀ ਦੀਆਂ ਨੇ, ਗੋਰੀਆਂ ਗੋਰੀਆਂ ਪਰੀਆਂ ਵਰਗੀਆਂ। ਤੂੰ ਦੇਖੀਆਂ ਕਦੇ ਪਰੀਆਂ? ਐਵੇਂ ਹੀ ਗੱਲਾਂ ਮਾਰੀ ਜਾਂਦੀ ਹੈ। ਸੱਚੀ ਗੱਲ ਹੈ, ਪਿੰਡ ਵਿੱਚ ਇੰਨੀ ਸੋਹਣੀ ਨੂੰਹ ਨਹੀਂ ਹੋਣੀ ਕਿਸੇ ਦੀ। ਮੋਟੀਆਂ ਅੱਖਾਂ, ਲੰਬੀ ਧੌਣ, ਜਾਣੀ ਦੇਖੀ ਜਾਓ। ਤੂੰ ਮੱਥੇ ਬਾਰੇ ਵੀ ਕਹਿੰਦੀ ਸੀ ਕੁਛ। ਹਾਂ, ਇੰਨਾ ਸੋਹਣਾ ਮੱਥਾ ਦੂਰੋਂ ਚਮਕਦਾ, ਦੇਖ ਕੇ ਰੱਜ ਜਿਹਾ ਹੀ ਆ ਜਾਂਦਾ ਹੈ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਬਾਂਦੀ ਏ ਨਾਰੇ ਨੀ, ਓ ਕੰਡਾ ਚੁਬਾ ਤੇਰੇ ਪੈਰ ਬਾਂਦੀ ਏ ਨਾਰੇ ਨੀ। ਹੋ ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਾਉਂਦੀ ਏ ਨਾਰੇ ਨੀ, ਅੜੀਏ ਕੌਣ ਸਹੂ ਤੇਰੀ ਪੀੜ ਪਾਉਂਦੀ ਏ ਨਾਰੇ ਨੀ। ਭਾਬੋ ਕੱਢੋ ਮੇਰਾ ਕਾਂਡੜਾ, ਸਿਪਾਹੀ ਆਵੇ ਵੀਰ ਸਹੂ ਮੇਰੀ ਪੀੜ, ਮੈਂ ਤੇਰੀ ਮਹਿਰਬ ਨਾਹੀ।
ਭਾਬੀ ਸ਼ਕਲ ਦਿਖਾ ਦੇ, ਭਾਬੀ ਸ਼ਕਲ ਤਾਂ ਦਿਖਾ ਦੇ। ਤੂੰ ਜਾ, ਘਰੋਂ ਕਢਵਾਏਂਗੀ ਮੈਨੂੰ। ਭਾਬੀ ਅੱਜ ਤਾਂ ਘਰੇ ਵੀ ਨਹੀਂ ਹੈਗਾ ਕੋਈ। ਹਾਏ ਭਾਬੀ, ਤੇਰੇ ਹੱਥ ਕਿੰਨੇ ਸੋਹਣੇ ਨੇ। ਲੋ ਦੱਸ ਭਾਬੀ, ਹੱਥ ਤਾਂ ਦਿਖਾ ਦੇ। ਚੱਲ ਦੋ ਉਂਗਲੀਆਂ ਦਿਖਾ ਦੇ। ਭਾਬੀ ਦਿਖਾ ਦੇ। ਚਾ ਭਾਬੀ, ਗੱਲ ਇੱਧਰ ਲੈ, ਹੱਥ ਦਿਖਾ ਦੇ। ਲੋ ਦੱਸ ਭਾਬੀ, ਹੱਥ ਤਾਂ ਦਿਖਾ ਦਿੰਦੀ। ਸੱਜਣਾ ਤੇ ਉਹਦੀ ਤੈਨੂੰ ਅੱਖੀਆਂ ਤਰਸਦੀਆਂ, ਸੱਜਣਾ ਤੇ ਉਹਦੀ ਤੈਨੂੰ ਅੱਖੀਆਂ ਤਰਸਦੀਆਂ। ਜੱਗ ਆਸ਼ਿਕ ਨੂੰ ਨਾ ਸਮਝੇ ਬਾਕੀ ਨਾਰੇ ਨੀਂ, ਅੜੀਏ ਆਸ਼ਿਕ ਨੂੰ ਨਾ ਸਮਝੇ ਬਾਕੀ ਨਾਰੇ ਨੀਂ। ਹਾਏ ਨੀ, ਮੇਰੀ ਅੱਖਾਂ ਦੇਖ ਕਿੱਡੀਆਂ ਮੋਟੀਆਂ ਮੋਟੀਆਂ ਨੇ। ਮੈਨੂੰ ਕੁੜੀਆਂ ਕਹਿੰਦੀਆਂ ਸੀ ਵੀ ਮੇਰੀ ਭਾਬੀ ਦੀਆਂ ਅੱਖਾਂ ਨਾ ਮੋਟੀਆਂ ਮੋਟੀਆਂ ਨੇ। ਮੈਨੂੰ ਲੱਗਦਾ ਮੇਰੀ ਭਾਬੀ ਇਹੋ ਜਿਹੀ ਹੋਊ। ਵੀਰੇ ਦੁਬਾਰਾ ਦਿਖਾਈ ਦੁਬਾਰਾ। ਹਾਏ, ਇਹਦਾ ਨੱਕ ਦੇਖ ਕਿੱਡਾ ਤਿੱਖਾ। ਕੁੜੀਆਂ ਕਹਿੰਦੀਆਂ ਸੀ ਵੀ ਮੇਰੀ ਭਾਬੀ ਦਾ ਨੱਕ ਤਿੱਖਾ ਵਾਲਾ। ਮੈਨੂੰ ਲੱਗਦਾ ਮੇਰੀ ਭਾਬੀ ਇਹਦੇ ਵਰਗੀ ਹੋ। ਹੁਣ ਇਹਦੇ ਕੰਨ ਤੇਰੀ ਭਾਬੀ ਵਰਗੇ ਹੋਣੇ ਹਨਾ। ਹੈ ਫਿਰ ਤਾਂ ਮੇਰੀ ਭਾਬੀ ਜਮਾਂ 25 ਰੁਪਏ ਵਾਲੀ ਗੁੱਡੀ ਵਰਗੀ ਹੋ, ਜਿਹੜੀ ਮੇਲੇ 'ਚ ਮਿਲਦੀ ਆ। ਸਾਡੇ ਨਾਲ ਸੋਹਣੀ ਹੁੰਦੀ ਆ। ਕਿੰਨੀ ਸੋਹਣੀ ਆ। ਮੈਨੂੰ ਲੱਗਦਾ ਵੀ ਮੇਰੀ ਭਾਬੀ ਨਾਲ ਸੋਹਣੀ ਇਸ ਪਿੰਡ ਚ ਹੋਊ ਕੋਈ ਨਾ। ਚੁੱਪ ਕਰੋ ਜਵਾਕੋ। ਨਹੀਂ, ਉਂਝ ਭਾਬੀ ਤਾਂ ਤੇਰੀ ਵੀ ਮਾੜੀ ਨੀ, ਹੁਣ ਤੇਰੀ ਵੀ ਹੀ ਤਾਂ ਉਹੀ ਹੋ ਸਭ ਤੋਂ ਸੋਹਣੀ। ਨਹੀਂ, ਤੈਨੂੰ ਕਿਵੇਂ ਪਤਾ ਤੇਰੀ ਭਾਬੀ ਇੰਨੀ ਸੋਹਣੀ ਹੈ? ਦੇਖੀ ਹੈ ਨੀ, ਐਵੇਂ ਬੋਲੀ ਜਾਂਦੀ ਹੈ। ਤੈਨੂੰ ਪਤਾ ਤੇਰੀ ਭਾਬੀ ਨਾ ਟੀਰੀ ਆ, ਟੀਰੀ ਝਾਕਦੀ ਕਿਤੇ ਹੁੰਦੀ ਆ ਤੇ ਗੱਲ ਕਿਤੇ ਹੋਰ ਕਰਦੀ ਆ। ਤੈਨੂੰ ਨੀ ਦੱਸਿਆ ਕਿਸੇ ਨੇ? ਭਾਬੀ ਮੈਨੂੰ ਆਪਦੀ ਸ਼ਕਲ ਦਿਖਾ। ਮੈਂ ਨਹੀਂ ਦਿਖਾ ਸਕਦੀ। ਨਹੀਂ ਭਾਬੀ, ਸ਼ਕਲ ਦਿਖਾ। ਮੈਨੂੰ ਮਨਾ ਕੀਤਾ, ਮੈਂ ਨਹੀਂ ਦਿਖਾ ਸਕਦੀ। ਨਾ ਭਾਬੀ, ਮੈਨੂੰ ਨਹੀਂ ਪਤਾ, ਮੈਂ ਤਾਂ ਦੇਖਣੀ ਆ। ਕਿਉਂ ਤੰਗ ਕਰਦੀ ਆ ਕੁੜੀ? ਚੱਲੀ ਨਾ ਬਣ, ਮੇਰੀ ਗੱਲ ਧਿਆਨ ਨਾ ਸੁਣ। ਮੇਰੇ ਸਿਰ 'ਤੇ ਮੇਰਾ ਬਾਪੂ ਹੈ ਨਹੀਂ, ਚਾਚਾ ਜੀ ਦੀ ਕਬੀਲਦਾਰੀ ਬਹੁਤ ਜ਼ਿਆਦਾ ਹੈ। ਮੇਰੀ ਮਾੜੀ ਜਿਹੀ ਗਲਤੀ ਨਾਲ ਬੀਜ ਨੇ ਮੈਨੂੰ ਘਰੋਂ ਬਾਹਰ ਕੱਢ ਦੇਣਾ, ਮੈਂ ਕਿੱਥੇ ਜਾਊਂਗੀ? ਮੈਂ ਨਹੀਂ ਦਿਖਾ ਸਕਦੀ। ਚੱਲ ਫਿਰ, ਤੂੰ ਇੰਨਾ ਹੀ ਦੱਸ ਦੇ, ਤੂੰ ਕਿਹੜੀ ਅੱਖ ਤੋਂ ਟੀਰ ਮਾਰਦੀ ਆ? ਮੈਂ ਕਦੋਂ ਟੀਰ ਮਾਰਦੀ ਆ? ਦੇਖ ਭਾਬੀ, ਟੀਰ ਤਾਂ ਤੂੰ ਮਾਰਦੀ ਆ, ਮੈਨੂੰ ਨਿੰਮੋ ਨੇ ਦੱਸਿਆ। ਫਿਰ ਕੀ ਹੋ ਗਿਆ, ਟੀਰੀਆਂ ਕਿਹੜਾ ਵੱਸਦੀਆਂ ਨੇ? ਸਾਡੇ ਨਾ ਕਰਮਗੜ ਮੇਰੇ ਨਾਨਕੇ ਪਿੰਡ ਇੱਕ ਬਾਲਾ ਵਧੀਆ ਹਕੀਮ ਆ। ਦੇਖ, ਮੈਂ ਤੈਨੂੰ ਉਹ ਤੋਂ ਸੁਰਮਾ ਲਿਆ ਦੂੰ, ਤੂੰ ਫੱਕੀ ਮਾਰ ਲਈ, ਤੂੰ ਠੀਕ ਹੋ ਜਾਏਗੀ। ਸੁਰਮੇ ਦੀ ਫੱਕੀ? ਨਹੀਂ ਵੀ, ਜਾਂ ਤਾਂ ਉਹ ਸੁਰਮਾ ਦਊ ਜਾਂ ਫੱਕੀ ਮਾਰਨ ਨੂੰ ਕੁਛ ਦਊ, ਦੋਨਾਂ ਚੋਂ ਤੂੰ ਕਿਸੇ ਚੀਜ਼ ਦਾ ਵੀ ਕੁਛ ਵੀ ਕਰ ਲਈ, ਤੂੰ ਠੀਕ ਹੋ ਜਾਏਗੀ, ਤੇਰਾ ਟੀਰ ਜਮਾ ਠੀਕ ਹੋ ਜੂ। ਕੁੱਟੀ, ਮੈਂ ਟੀਰ ਹੀ ਨਹੀਂ ਮਾਰਦੀ। ਨਹੀਂ ਬਾਬੀ, ਇਹ ਤਾਂ ਤੂੰ ਝੂਠ ਕਹਿੰਦੀ ਆ। ਦੇਖ, ਟੀਰ ਤਾਂ ਤੂੰ ਮਾਰਦੀ ਆ, ਮੈਨੂੰ ਸਹੇਲੀਆਂ ਝੂਠ ਥੋੜੀ ਬੋਲਣਗੀਆਂ। ਨਹੀਂ ਮਾਰਦੀ ਟੀਰ ਮੈਂ। ਭਾਬੀ, ਟੀਰ ਤਾਂ ਤੂੰ ਮਾਰਦੀ ਆ, ਮੈਨੂੰ ਦੱਸ ਦੇ ਫਿਰ ਕੀ ਹੋ ਗਿਆ। ਨਹੀਂ ਮਾਰਦੀ ਮੈਂ ਟੀਰ ਕੁੱਟੀ। ਭਾਬੀ, ਮੈਂ ਕਿਸੇ ਨੂੰ ਨਹੀਂ ਦੱਸਦੀ। ਦੇਖ, ਨਹੀਂ ਮਾਰਦੀ ਮੈਂ ਟੀਰ। ਭਾਬੀ, ਤੂੰ ਤਾਂ ਕਿੰਨੀ ਸੋਹਣੀ ਆ। ਕਿਸ ਨੂੰ ਦੱਸਾਂ ਨਹੀਂ ਵੀ ਮੈਂ ਚਿਹਰਾ ਦਿਖਾਇਆ। ਭਾਬੀ, ਤੂੰ ਕਿੰਨੀ ਸੋਹਣੀ ਆ। ਤੂੰ ਵੀ ਸੋਹਣੀ ਆ। ਚੱਲੀ ਨਾ ਹੋਵੇ ਤਾਂ। Thank you.
ਬੀਬਾ ਆਪਣੀ ਪ੍ਰੀਤ ਲਈ ਲੱਭਿਆ ਕੋਈ ਰਿਸ਼ਤਾ? ਬਸ ਭਾਬੀ ਲੱਭੀ ਜਾਂਦੇ ਹਾਂ, ਜਦੋਂ ਕਿ ਚੱਜ ਦਾ ਮੁੰਡਾ ਮਿਲ ਗਿਆ ਆਪਾਂ ਵਿਆਹ ਕੇ ਤੋਰ ਦੇਣੀ ਆ ਬਸ। ਹੋਰ ਅੱਜ ਕੱਲ੍ਹ ਰਿਸ਼ਤੇ ਲੱਭਣੇ ਕਿਹੜਾ ਸੌਖੇ ਨੇ। ਸਹੀ ਗੱਲ ਆ ਭਾਬੀ। ਹਾਂ ਸੱਚ, ਉਹ ਮੋਰਾ ਵਾਲੀ ਦੀ ਕੁੜੀ ਤਾਂ ਵਿਆਹ ਹੀ ਗਈ ਨਾ? ਹਾਂਜੀ ਭਾਬੀ ਜੀ, ਉਹਦਾ ਤਾਂ ਬਾਹਲਾ ਹੀ ਵਧੀਆ ਹੋ ਗਿਆ। ਤੁਹਾਨੂੰ ਤਾਂ ਪਤਾ ਹੀ ਹੈ ਨਾ, ਬਿਨਾਂ ਪਿਓ ਤੋਂ ਧੀਆਂ ਵਿਆਹਣੀਆਂ ਕਿਹੜਾ ਸੌਖੀਆਂ ਨੇ। ਉਹਦੇ ਚਾਚੇ ਨੇ ਵਿਚਾਰੇ ਨੇ ਮੂਹਰੇ ਹੋ ਕੇ ਕੀਤਾ ਸਾਰਾ ਕੁਛ, ਨਾਲੇ ਸਾਡੀ ਨਨਾਣ ਤਾਂ ਵਿਚਾਰੀ ਬਾਹਲੀ ਰੱਬ ਦੀ ਭਗਤ ਨਹੀਂ ਆ, ਨਾਲੇ ਜਿਉਂ ਦਾ ਸਾਡਾ ਨੰਦੋਈਆ ਪੂਰਾ ਹੋਇਆ ਉਹ ਤਾਂ ਬਸ ਸਾਰਾ ਦਿਨ ਰੱਬ ਦਾ ਨਾਂ ਹੀ ਜਪਦੀ ਰਹਿੰਦੀ ਹੈ। ਬਾਹਲੀ ਸਾਊ ਹੈ ਕੁੜੀ, ਕਿਹੜੇ ਪਿੰਡ ਵਿਆਹ ਤੇ? ਆਹੀ ਸਹੌਲੀ। ਸਹੌਲੀ? ਹਾਂ ਸਹੌਲੀ ਕਿਹਨਾਂ ਦੀ ਭੂਆ ਜੀ? ਉਹ ਕਾਬਲ ਸ਼ਾਹ ਪੰਚ ਦੇ ਮੁੰਡੇ ਨੇ ਵਿਆਹੀ ਆ, ਉਹ ਜਿਨ੍ਹਾਂ ਦਾ ਵਾਰ ਵਾਰ ਘਰ ਆ ਜੀ। ਹਾਂ ਦੱਸੋ ਜੀ, ਸਹੌਲੀ ਤਾਂ ਮੇਰਾ ਇੰਨਾ ਆਉਣ ਜਾਣਾ ਜੀ। ਹੋਰ ਕੀ, ਇੰਨੇ ਦੋਸਤ ਨੇ ਮੇਰੇ ਸਹੌਲੀ ਦੇ। ਅੱਛਾ ਤੁਹਾਨੂੰ ਮਿਲਾ ਲਿਆ ਹੋਣਾ ਕੱਲ ਨੂੰ ਇਹ? ਮੈਂ ਤਾਂ ਇਹ ਤਾਂ ਪੁੱਤ ਬਾਹਲਾ ਹੀ ਵਧੀਆ ਹੋ ਗਿਆ, ਮੈਂ ਤਾਂ ਕਦੋਂ ਦੀ ਸੋਚਦੀ ਸੀ ਜਾਣ ਨੂੰ, ਪਰ ਸਾਡੇ ਤਾਂ ਕਿਸੇ ਕੋਲ ਟਾਈਮ ਹੀ ਕਿੱਥੇ, ਛੇਤੀ ਮਿਲਾ ਦੇ ਪੁੱਤ। ਪੁੱਤ ਬਾਕੀ ਟੱਬਰ ਕਿੱਥੇ ਆ ਸਾਰਾ, ਮੈਨੂੰ ਕੋਈ ਦੀਂਦਾ ਨੀ ਘਰ ਚ। ਮੰਮੀ ਜੀ ਬੀਜੀ ਚੌਂਕੀ ਭਰਨ ਗਏ ਨੇ, ਉਹ ਹਲੇ ਮੁੜੇ ਨੀ, ਤੇ ਬਾਪੂ ਜੀ ਕੋਈ ਟਰੈਕਟਰ ਦਾ ਸਮਾਨ ਲੈਣ ਨਾਭੇ ਗਏ ਨੇ। ਅੱਛਾ ਤੇ ਇਹ ਦੋਏ ਭਾਈ ਖੂਤੇ ਨੇ। ਅੱਛਾ ਅੱਛਾ, ਹੋਰ ਸਭ ਠੀਕ ਆ? ਖੁਸ਼ ਤਾਂ ਰੱਖਦੇ ਨਾ ਤੈਨੂੰ? ਹਾਂਜੀ ਮੰਮੀ ਜੀ, ਬਥੇਰੀ ਖੁਸ਼ ਆ। ਅੱਛਾ ਤੇਰੀ ਸੱਸ ਦਾ ਸੁਭਾਅ ਕਿੱਦਾਂ ਹੈ? ਪੀਜੀ ਦਾ ਸੁਭਾਅ ਬਹੁਤ ਵਧੀਆ ਹੈ। ਚਲ ਸ਼ੁਕਰ ਆ, ਕਦੇ ਨਹੀਂ ਟੋਕਦੇ। ਅੱਛਾ ਇੱਕ ਗੱਲ ਦੱਸ, ਤੇਰੇ ਚਾਚੇ ਸਹੁਰੇ ਨੂੰ ਦਿਖਦੇ ਨੇ ਗੇ, ਕਿੱਥੇ ਰਹਿੰਦੇ ਨੇ, ਅੱਡ ਰਹਿੰਦੇ ਕਿਤੇ? ਉਹ ਮਾਮੀ ਜੀ ਉਹ ਕੰਧੇ ਪਰਲੇ ਪਾਸੇ ਚਾਚਾ ਜੀ ਦਾ ਹੀ ਘਰ ਹੈ। ਅੱਛਾ ਅੱਛਾ, ਮੈਂ ਵੀ ਕਿਹਾ ਦਿਸਦੇ ਨੀ ਕਿਤੇ। ਲੈ ਚਾਚੀ ਨੇ ਵੀ ਕਿੱਥੇ ਚੱਲੀ ਹੈ ਕੁੜੀਏ? ਮੈਂ ਚੇਤੂ ਕੀ ਟਿਕਟ ਨਹੀਂ ਚੱਲੀ ਸੀ, ਬੀਜੀ ਨੇ ਭੇਜਿਆ ਲੌਂਗ ਲੈਣ। ਚੰਗਾ ਹੋਇਆ ਤੂੰ ਮੈਨੂੰ ਰਾਹ 'ਚ ਹੀ ਮਿਲ ਗਈ। ਆ ਲੌਂਗ ਨੂੰ ਪਿੱਛੋਂ ਲਿਆਈ, ਪਹਿਲਾਂ ਆ ਨਾ ਅਮਰੂਦ ਲੈ ਜਾ, ਅੱਧੇ ਤੁਸੀਂ ਰੱਖ ਲਿਓ ਤੇ ਅੱਧੇ ਤੇਰੇ ਤਾਏ ਨੂੰ ਦੇ ਦਿਓ। ਮੈਂ ਨਾ ਵਿਦਿਆ ਬਾਮਣੀ ਦੇ ਦੋਤੇ ਦੀ ਵਧਾਈ ਦੇ ਆਵਾਂ। ਬੇਬੇ ਜੀ ਉੱਧਰ ਤਾਂ ਬਾਪੂ ਜੀ ਨੇ ਜਾਣ ਨੂੰ ਮਨਾ ਕੀਤਾ। ਕਿਉਂ ਕੁੜੇ, ਤੇਰਾ ਬਾਪੂ ਨਾ ਜਾਵੇ, ਤੂੰ ਤਾਂ ਜਾ ਸਕਦੀ ਹੈ, ਤੇਰੇ ਤਾਏ ਦਾ ਘਰ ਹੈ। ਨਹੀਂ ਬਾਪੂ ਜੀ ਝਿੜਕਣਗੇ। ਲਫੋਟ, ਹੁਣ ਤੇਰਾ ਬਾਪੂ ਮੇਤੋਂ ਉੱਤੇ ਹੋ ਗਿਆ, ਉਹਨੂੰ ਕਹਿੰਦੀ ਬੇਬੇ ਨੇ ਕਿਹਾ, ਨਾਲੇ ਆ ਬੂਦਰੀਆਂ ਜੀ ਕੀ ਖਿਲਾਰੀ ਫਿਰਦੀ ਹੈ, ਛੱਤੇ ਚੁਣ ਲੈ ਝਾੜੂ ਜੀ ਹੋਵੇ ਤਾਂ। ਖਰਮੇ ਬਹੁਤ ਸਵਾਦ ਨੇ ਬਈ, ਕਿਹਨੂੰ ਪਤਾ ਸੀ ਵਿਚਾਲੇ ਆ ਕੰਧ ਹੋਊਗੀ, ਢਾ ਦਿੰਦੇ ਆ ਫਿਰ ਆਪਾਂ ਵੀ ਨਾ, ਆਪਾਂ ਵੀ ਨਾ ਪੱਕਾ ਹੀ ਕਰੀ ਫਿਰਦੇ ਸੀ, ਅੱਜ ਭਰਜਾਈ ਦੇ ਦਰਸ਼ਨ ਕਰਕੇ ਜਿਹੜੇ। ਕੋਈ ਨਾ ਉਹ ਟਾਈਮ ਵੀ ਆਊਗਾ। ਭਾਬੀ ਭਾਬੀ ਇਹ ਥੈਲਾ ਫੜ ਲਓ, ਬੇਬੇ ਜੀ ਨੇ ਅਮਰੂਦ ਭੇਜੇ ਨੇ। ਗੁੱਡੀ ਤੂੰ ਬਾਹਰ ਖੜੀ ਆਵਾਜ਼ਾਂ ਕਿਉਂ ਮਾਰ ਰਹੀ ਆ, ਅੰਦਰ ਆ ਜਾ। ਨਹੀਂ ਭਾਬੀ ਤੁਹਾਡੇ ਪ੍ਰਾਹੁਣੇ ਆਏ ਲੱਗਦੇ ਨੇ। ਕੋਈ ਨੀ ਹੈਗਾ, ਘਰੇ ਮੇਰੇ ਮਾਮੀ ਜੀ ਆਏ ਨੇ, ਅੱਜ ਮਿਲਾਉਂਦੀ ਆ। ਨਹੀਂ ਤਾਈ, ਤਾਈ ਜੀ ਗੁੱਸਾ ਕਰਨ, ਕੋਈ ਗੁੱਸਾ ਨਹੀਂ ਕਰੂਗਾ, ਕੋਈ ਹੈ ਹੀ ਨਹੀਂ ਘਰੇ। ਮਾਮੀ ਜੀ ਇਹ ਮੇਰੀ ਪਿਆਰੀ ਜੀ ਨਣਦ ਗੁੱਡੀ, ਇਹਨਾਂ ਦੇ ਚਾਚਾ ਜੀ ਦੀ ਕੁੜੀ। ਅੱਛਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੀਏ, ਹੋਰ ਸਭ ਖੈਰ ਸੁੱਖ ਹੈ? ਹਾਂਜੀ। ਮੈਂ ਖੀਰ ਦੇਖ ਕੇ ਆਈ।
चलो भाई हुण बुआ जी। हाँ मनजिंदर ने थोड़े ना गल करनी। इन्हें की गल करनी मेरे नाल? ਹੋਰ ਮੰਮੀ ਜੀ ਕੀ ਚਾਹੀਦਾ ਜੇ ਸਾਡੀ ਗੁੱਡੀ ਦਾ ਰਿਸ਼ਤਾ ਇੰਨੇ ਵਧੀਆ ਮੁੰਡੇ ਨਾਲ ਹੋ ਜਾਵੇ ਜਿਵੇਂ ਤੁਸੀਂ ਕਹਿ ਰਹੇ ਹੋ? ਸਾਡੀ ਗੁੱਡੀ ਦੀ ਤਾਂ ਕਿਸਮਤ ਖੁੱਲ ਜਾਣੀ ਹੈ। ਚੰਗਾ ਧੀਏ, ਤੂੰ ਹੀ ਲੱਗ ਅੱਗੇ, ਤੂੰ ਹੀ ਬਾਣੇ ਦੀ ਵਿਚੋਲਣ। ਨਹੀਂ ਮੰਮੀ ਜੀ, ਚਾਚਾ ਜੀਆਂ ਨਾਲ ਸਾਡੀ ਬਣਦੀ ਨਹੀਂ ਅਤੇ ਬੀਜੀ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ। ਬੀਜੀ ਨੇ ਤਾਂ ਮੈਨੂੰ ਘਰੋਂ ਕੱਢ ਦੇਣਾ, ਫਿਰ ਮੈਂ ਕਿੱਥੇ ਜਾਣਾ? ਮੈਂ ਬਈ ਇਹਨੇ ਤਾਂ ਨਹੀਂ ਮੰਨਣਾ, ਇਹਦੀ ਸੱਸ ਨੇ ਤਾਂ ਇਹਨੂੰ ਬਾਲੇ ਦਬਾ ਕੇ ਰੱਖਿਆ ਹੋਇਆ। ਮਲੂਕ ਜੀ ਜਿੰਦਾ ਵਿਚਾਰੀ, ਮੈਥੋਂ ਤਾਂ ਦੁਬਾਰਾ ਨਹੀਂ ਕਹਿ ਹੋਣਾ। ਇਹ ਆਪਣੇ ਘਰ ਖੁਸ਼ ਰਹੇ, ਬਸ ਇੰਨਾ ਹੀ ਬਹੁਤ ਆ। ਪਰ ਭੂਆ ਜੀ, ਕੋਈ ਨਾ ਕੋਈ ਵਿਚੋਲਾ ਤਾਂ ਪਾਉਣਾ ਹੀ ਪੈਣਾ ਨਾ। ਉਹ ਤਾਂ ਇਹ ਵਿਚੋਲਾ ਕਿਹਨੂੰ ਪਾ ਲਈਏ? ਰਿਸ਼ਤੇਦਾਰੀ ਦਾ ਮਾਮਲਾ ਏ, ਮੈਂ ਤਾਂ ਜ਼ੋਰ ਵੀ ਨਹੀਂ ਪਾ ਸਕਦੀ। ਪਰ ਭੂਆ ਜੀ, ਕੋਈ ਰਾਹ ਤਾਂ ਹੋਊਗਾ। ਕੋਈ ਨਾ, ਦੇਖਦੀ ਹਾਂ। ਤੇਰੀ ਮੇਰੀ ਇੱਕ ਜਿੰਦੜੀ ਬਲੀਏ, ਤੇਰੀ ਮੇਰੀ ਇੱਕ ਜਿੰਦੜੀ ਸੋਹਣੀਏ, ਤੇਰੀ ਮੇਰੀ ਇੱਕ ਜਿੰਦੜੀ ਬਲੀਏ, ਤੇਰੀ ਮੇਰੀ ਇੱਕ ਜਿੰਦੜੀ ਸੋਹਣੀਏ, ਹੋ ਤੇਰੀ ਮੇਰੀ ਇੱਕ ਜਿੰਦੜੀ ਬਲੀਏ, ਤੇਰੀ ਮੇਰੀ ਇੱਕ ਜਿੰਦੜੀ ਸੋਹਣੀਏ, ਤੇਰੀ ਮੇਰੀ ਇੱਕ ਜਿੰਦੜੀ ਬਲੀਏ। ਮਨਜਿੰਦਰ, ਇਹ ਮਨਜਿੰਦਰ ਸਿੰਘ। ਹਾਂਜੀ ਭੂਆ ਜੀ। ਵਿਆਹ ਲਾ ਭੂਆ ਦੇ ਪੈਰੀ ਹੱਥ। ਸਤਿ ਸ੍ਰੀ ਅਕਾਲ ਭੂਆ ਜੀ। ਸਤਿ ਸ੍ਰੀ ਅਕਾਲ, ਜਿਉਂਦਾ ਰਹਿ, ਰੱਬ ਤੇਰੀ ਲੰਬੀ ਉਮਰ ਕਰੇ। ਅੱਛਾ ਮੇਰੀ ਗੱਲ ਸੁਣ, ਉਹ ਆਪਣੇ ਪਿੰਡ ਦਾ ਨਰਿੰਜ ਸਿਓ ਨਾ ਬਾਈ? ਹਾਂਜੀ। ਇਹਦੇ ਸਾਲੇ ਦਾ ਆੜੀ ਆ ਸੁੱਚਾ ਸਿਓ, ਉਹ ਕੁੜੀ ਦੇ ਪਿਓ ਦਾ ਨਾਂ ਸੁੱਚਾ ਸਿਓ ਆ ਨਾ? ਹਾਂਜੀ ਹਾਂਜੀ। ਬਸ ਫਿਰ ਬਣ ਗਈ ਗੱਲ, ਆਪਾਂ ਉਹਨਾਂ ਦੇ ਵਿੱਚ ਪਾ ਕੇ ਗੱਲ ਕਰ ਲੈਂਦੇ ਹਾਂ, ਅਗਲੇ ਸਾਲ ਕੁੜੀ ਵਿਆਹ ਲਿਆਉਣੀ ਹੈ, ਠੀਕ ਹੈ ਨਾ? ਕੋਈ ਗੱਲ ਨਹੀਂ ਕਾਕਾ ਜੀ, ਮੈਂ ਤੜਕੇ ਹੀ ਜਾਉਂ ਨਾ, ਸੁੱਚਾ ਸਿੰਘ ਨਾਲ ਤਾਂ ਮੇਰਾ ਬਹੁਤ ਪ੍ਰੇਮ ਹੈ। ਉੱਚੇ ਨੀਵੇਂ ਦਾ ਕੋਈ ਮਸਲਾ ਨਹੀਂ, ਬਸ ਬੰਦੇ ਖਾਨਦਾਨੀ ਹੋਣ ਤੇ ਕੁੜੀ ਸਾਊ ਹੋਵੇ। ਬੰਦੇ ਚੰਗੇ ਨੇ, ਮੰਗ ਕੇ ਰਿਸ਼ਤਾ ਲੈ ਰਹੇ ਨੇ, ਸਾਨੂੰ ਸਾਡੀ ਧੀ ਦੀ ਖੁਸ਼ੀ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੀਦਾ। ਭੈਣੇ, ਰੱਬ ਦਾ ਖਾਣਾ ਵੀ ਮਲੱਕੀ ਦਾ ਹੁੰਦਾ? ਨਹੀਂ ਪੁੱਤ, ਰੱਬ ਵਾਲਾ ਗਾਨਾ ਥੋੜੀ ਮਲੱਕੀ ਦਾ, ਇਹ ਤਾਂ ਸਾਰਿਆਂ ਦਾ ਸਾਂਝਾ ਹੁੰਦਾ।
ਗੁੱਡਿਆ ਪੁੱਤ ਤੂੰ ਤਿਆਰ ਹੋ ਜਾ, ਆਪਣੇ ਘਰੇ ਪ੍ਰਾਹੁਣਿਆਂ ਨੇ ਆਉਣਾ। ਬਾਪੂ ਜੀ ਆਉਣਾ ਕਿੰਨੇ ਆ? ਉਹ ਪੁੱਤ ਪਹਿਲਾਂ ਤੂੰ ਤਿਆਰ ਤਾਂ ਹੋ ਜਾ, ਜਦ ਆ ਜਾਣਗੇ ਤੈਨੂੰ ਦੱਸ ਦੂ। ਨਹੀਂ ਕਰਮੋ, ਕਿੱਥੇ ਆ ਤੂੰ? ਭੈਣੇ ਭੈਣੇ ਆ ਤਾਂ ਲਾ ਲਓ। ਨਹੀਂ ਇਹ ਤਾਂ ਲਾ ਲਿਆ ਸੀ ਮੈਂ, ਲਾਇਆ ਸੀ। ਹੋ ਗਿਆ ਤਿਆਰ ਮੇਰਾ ਪੁੱਤ, ਹੈ ਚੱਲ ਉੱਠ ਪੁੱਤ, ਤੈਨੂੰ ਉਡੀਕਦੇ ਨੇ। ਭੈਣੇ ਭੈਣੇ ਚੂੜੀ ਤੇ ਬਿੰਦੀ ਤੇ ਲਾ ਲਓ। ਚੱਲ ਜੁੱਤੀ ਪਾ ਲੈ। ਬੇਬੇ ਮੈਨੂੰ ਕਾਹਨੂੰ ਸਜਾਈ ਜਾਂਦੇ ਹੋ, ਕੌਣ ਆਇਆ? ਉਹ ਪੁੱਤ ਤੇਰੇ ਸਹੁਰੇ ਨੇ, ਤੈਨੂੰ ਰੋਕਾ ਕਰਨ ਆਏ ਨੇ। ਚੱਲ ਆ ਜਾ ਆ ਜਾ। ਰਾਜੂ ਵੀਰੇ ਦੇ ਵਿਆਹ ਤੇ ਆਇਆ ਤੇ ਸੀ ਉਹ ਵੀਰਾ, ਉਹ ਲੰਬੇ ਜੇ ਕੱਦ ਵਾਲਾ। ਤੈਨੂੰ ਨਾ ਕਾਸੇ ਦਾ ਪਤਾ ਨਹੀਂ ਹੁੰਦਾ, ਉਹੀ ਆ ਜਿਹੜਾ ਜੀਪ ਚ ਫਿਰਦਾ ਰਹਿੰਦਾ। ਦਾਤਾ
खैर हुस्न दे रहन वाला मैं, नाम इश्क है मेरा। शहर हुस्न दे रहन वाला मैं, नाम इश्क है मेरा। प्यार असा दी रीत पुरानी, यार दे दिल विच डेरा। दिल हर वेले मंगदा सी बस, दिल हर वेले मंगदा सी बस तेरा दीद नजारा। दस मेरिया दिल बरावे तू केड़ी अर्श दा तारा। दस मेरिया दिल बरावे, दस मेरिया दिल बरावे तू केड़ी अर्श दा तारा। दस जजे नु कन्ना जान तो प्यारी चंगा ओथे तू जाके खेड बुके गीटे खेड ली चंगा उच्ची पाड़। हां जी पता नहीं ए है तीन मम्मा हाहे नु व्यारी दिलने उत्ते ला महीने दा वक्फा जो अपने वविविद सियारी। पाबी वक्फा की होया भला? वक्फा मैंने समा जिवे किन्ना समा। अच्छा जो अपने वव्वे नू सियारी हाहा व्याह विच कीवें लंगूगा। मेरे दिन तेरी याद विच लंगदे ते रात तेरे सुसे नू औंकड़ पप्पा नन्ने नू सियारी ऐड़ा कन्ना सुपनिया विच वाह प्राणे नंबर बना ले। मैं कई बार अपने आप नू पुछदा के उस कुड़ी विच अजेहा की है किया? मेरी जिंद ते एक एहसान करी मेनू एक मिनट पाबी ता होर ही कुछ ज लिखया होया ए न्याणे तू की पढ़ाई जाने आपा कुछ नहीं है पढ़ो पढ़ो पाले तू पढ़। मेनू चिट्ठी च एह लिख के दसी के तू भी मेनू ऐसे तरह याद करदी है। तेरी चिट्ठी ते इंतजार च तेरा मन जिंदर। एक मिनट मेनू लगदा कोई आ गया। पाबी हैगा कोई? नहीं एमी भुलेखा लग गया मेरा साह उपर हो गया। अच्छा अगे पढ़। पाबी मेनू भी चिट्ठी लिखा दे देखी मैं भेजनी है चिट्ठी। अच्छा ठीक है तू लिखी। पाबी लिखाई? लिखा हाँ लिख। गुड मॉर्निंग। ना पाबी एहे नहीं। नहीं एहे लिख ले गुड मॉर्निंग। पालू तू लिख। एक मिनट पालू तू रहन दे। पाबी नहीं तू पंजाबी च लिखा कुछ। अच्छा पंजाबी च हाँ लिख। सवेर दी सत श्री अकाल। हैं एदा मतलब एहे सी कि गो ना गोडा मारनी दा मतलब सवेर दी सत श्री अकाल। गोडा मारनी नहीं सवेर दी सत श्री अकाल। चार तोले दा कड़ा ता उदन पा के गए आ दोष नील दे सूट हुण दे गए आ। प्यो ता तहसीलदार हैगा ही बीबी भी जगपालपुरी सरदारां दी धी आ। ओ मुंडा बथेरा सोहना सनखा
ਉਹ ਬੀਬੀ ਕਹਿ ਬਗੈਰ ਰਹਿ ਨਹੀਂ ਹੁੰਦਾ। ਕੁੜੀ ਹੈ ਨੀ ਇਹਨਾਂ ਦੀ ਕਿਸੇ ਕੰਮ ਦੀ। ਜਮਾ ਹੀ ਨਹੀਂ। ਤੇ ਤੁਸੀਂ ਵੀ ਤਾਂ ਬਿਨਾਂ ਸੋਚੇ ਵਿਚਾਰੇ ਹੋ ਤਾਂ ਰਿਸ਼ਤਾ ਕਰਾਤਾ। ਨਹੀਂ ਅਸੀਂ ਕਾਹਤੋਂ ਕਰਾਤਾ ਰਿਸ਼ਤਾ? ਲੈ ਬੀਬੀ, ਮੈਨੂੰ ਲੱਗਦਾ ਤੈਨੂੰ ਕੁਛ ਪਤਾ ਹੀ ਨਹੀਂ। ਤੁਹਾਡੀ ਨੂੰਹ ਹੀ ਤਾਂ ਲੰਬੜਦਾਰ ਨਹੀਂ ਬਣੀ ਫਿਰਦੀ ਹੈ ਵਿੱਚ। ਕਿਵੇਂ? ਤੁਹਾਡੀ ਨੂੰਹ ਦੇ ਨਾਨਕਿਆਂ ਦੀ ਰਿਸ਼ਤੇਦਾਰੀ ਆ ਮੁੰਡੇ ਵਾਲਿਆਂ ਦੇ ਨਾਲ। ਇਹ ਮੈਂ ਤੋਂ ਉੱਪਰ ਬੋਰੀ ਹੋ ਕੇ ਕਿਵੇਂ ਚੱਲ ਪਈ? ਇਹਨੂੰ ਤਾਂ ਮੈਂ ਦਿੰਦੀ ਹਾਂ ਧਨੈਸਰੀ। ਦੁਨੀਆਦਾਰੀ ਬਾਰੇ ਬਹੁਤਾ ਪਤਾ ਨਹੀਂ। ਜਵਾਕੜੀ, ਭਾਈ ਸਾਹਿਬ ਤੁਹਾਡੀ ਸਾਰੇ ਟੱਬਰ ਦੀ ਰਲੀ ਭੁਗਤ ਹੈ, ਸਾਨੂੰ ਕੀ ਦੀਦਾ ਨੀ? ਤੁਸੀਂ ਕੂਰ ਸਕਦੇ ਹੋ, ਤੁਹਾਡਾ ਹੱਕ ਹੀ ਦੇਤੇ। ਕਿਹੜੇ ਹੱਕ ਦੀਆਂ ਗੱਲਾਂ ਕਰਦਾ ਤੂੰ? ਮੇਰੀ ਸਰੀਕਣੀ ਦੇ ਮੂਹਰੇ ਥੱਲੇ ਲਾ ਕੇ ਰੱਖਤਾ ਇਹਨੇ ਮੈਨੂੰ। ਮੈਥੋਂ ਤਾਂ ਅੱਖਾਂ ਦੇ ਮੂਹਰੇ ਜਰੀ ਨੀ ਜਾਂਦੀ ਹੁਣ। ਇਸ ਤੋਂ ਪਹਿਲਾਂ ਮੈਂ ਡੰਡਾ ਚੁੱਕ ਲਾ, ਚਾਚਾ ਭਤੀਜੀ ਡੰਡੀ ਹੋ ਜਾਏ। ਪਾਣੀ ਲਿਆ ਨੀ ਹੇਠਾਂ? ਜਾਓ ਹੁਣ, ਬਾਰਾਂ ਵਾਲੀ ਬੱਸ ਨਿਕਲ ਜਾਣੀ ਮੁੜ ਕੇ। ਜੁਮਾ ਜੁਮਾ ਚਾਰ ਦਿਨ ਨੀ ਹੋਏ ਆਈ ਨੂੰ, ਪਟਰਾਣੀ ਨੇ ਨਵੀਆਂ ਹੀ ਖੇਡਾਂ ਸ਼ੁਰੂ ਕਰਤੀਆਂ। ਰੌਣੇ ਹੋ, ਤੂੰ ਉਹਦੇ ਨਾਲ ਚਾਰ ਲਾਵਾਂ ਲਈਆਂ, ਤੂੰ ਵੀ ਕੁਛ ਬੋਲ, ਮੈਂ ਆਏ ਕਿਵੇਂ ਪਿੰਡ ਲੈ ਗਿਆ ਇਹਨੂੰ। ਬੁੱਢੀ ਮੇਰੀ ਭੈਣ ਆ, ਜੇ ਉਹਦਾ ਰਿਸ਼ਤਾ ਚੰਗੇ ਘਰ ਹੁੰਦਾ ਤਾਂ ਮੈਨੂੰ ਖੁਸ਼ੀ ਆ, ਪਰ ਇਹਦਾ ਫਰਜ਼ ਨਹੀਂ ਸੀ ਕਿ ਮੈਨੂੰ ਦੱਸੇ ਪੁੱਛੇ, ਪਰ ਇਹਨੇ ਇਹ ਕੰਮ ਮੈਥੋਂ ਚੋਰੀ ਕੀਤਾ। ਹੁਣ ਤੁਸੀਂ ਮੈਨੂੰ ਦੱਸੋ ਚਾਚਾ ਜੀ, ਜੇ ਬੰਦੇ ਦੀ ਘਰ ਵਾਲੀ ਬੰਦੇ ਤੋਂ ਬਾਹਰ ਹੀ ਹੋ ਕੇ ਚੱਲੇ ਤਾਂ ਬੰਦਾ ਕੀ ਕਰੇ? ਜਾ ਕਾਕਾ, ਕੰਮ ਕਰ ਆਪਣਾ, ਤੇਰਾ ਬਾਪੂ ਡੀਕਦਾ ਹੋਊ। ਬਾਕੀ ਫੈਸਲਾ ਤੁਹਾਨੂੰ ਬੀਜੀ ਨੇ ਦੱਸਤਾ। ਮੇਰੀ ਜਿੰਦ ਡਾਟੀ ਮਲੂਕ ਵੇ, ਤੇਰਾ ਇੰਨਾ ਰੁੱਖਾ
ਆ ਗਈ ਅਕਲ ਟਿਕਾਣੇ? ਅਕਲ ਤਾਂ ਪਹਿਲੀ ਟਿਕਾਣੇ ਸੀ ਭੈਣ ਜੀ। ਜੇ ਆਪਣੀ ਇਸ ਕੁੜੀ ਨੂੰ ਮੇਰੇ ਘਰ ਵਸਾਉਣਾ ਨਾ, ਉਵੇਂ ਹੀ ਕਰਨਾ ਪਊਗਾ ਜਿਵੇਂ ਮੈਂ ਕਹਿੰਦੀ। ਹਾਂ ਭੈਣ ਜੀ, ਜਿਵੇਂ ਤੁਸੀਂ ਕਹਿੰਦੇ ਉਵੇਂ ਹੀ ਕਰੂਗੀ, ਤੁਹਾਡੀ ਹਰ ਗੱਲ ਮੰਨੂਗੀ। ਏਦਾਂ ਕਿੱਦਾਂ ਮੇਰੀ ਦਰਾਣੀ ਮੇਰੇ ਹੁੰਦਿਆਂ ਆਪਣੀ ਕੁੜੀ ਏਡੇ ਵੱਡੇ ਘਰ 'ਚ ਵਿਆਹ ਜੇ? ਮੈਂ ਉਹਦਾ ਰਿਸ਼ਤਾ ਛਡਾਉਣ ਲਈ ਕਿਸੇ ਨੂੰ ਭੇਜਣ ਲੱਗੀ ਉੱਥੇ। ਨਸੀਬ ਦਾ ਕੰਮ ਸਿਰਫ ਇਹ ਆ ਕਿ ਇਹਨੂੰ ਕੋਈ ਵੀ ਜਣਾ ਕੋਈ ਵੀ ਗੱਲ ਪੁੱਛੇ, ਇਹਨੇ ਸਿਰਫ ਹਾਂ 'ਚ ਜਵਾਬ ਦੇਣਾ। ਇਹ ਬਹੁਤ ਵੱਡਾ ਪਾਪ ਆ ਚਾਚਾ ਜੀ। ਮੇਰੀ ਮਾਂ ਨੇ ਮੈਨੂੰ ਹਮੇਸ਼ਾ ਸੱਚ ਦਾ ਸਾਥ ਦੇਣਾ ਸਿਖਾਇਆ। ਤੇ ਜਾ ਫਿਰ, ਜਾ ਕੇ ਰਹਿ ਆਪਣੀ ਮਾਂ ਕੋਲ, ਖਬਰਦਾਰ ਜੇ ਮੇਰੀ ਦਿੱਲੀ ਤੇ ਪੈਰ ਧਰਿਆ ਤੇ। ਨਹੀਂ ਨਹੀਂ ਭੈਣ ਜੀ, ਜਿਵੇਂ ਤੁਸੀਂ ਕਹਿੰਦੇ ਉਵੇਂ ਕਰੂਗੀ, ਤੁਹਾਡੀ ਹਰ ਗੱਲ ਮੰਨੂਗੀ ਜੀ। ਚਾਚਾ ਜੀ, ਮੈਥੋਂ ਇਹ ਕੰਮ ਨਹੀਂ ਹੋਣਾ। ਉਹ ਦੋਹੇ ਰੂਹਾਂ ਇੱਕ ਦੂਜੇ ਨੂੰ ਸੱਚੇ ਦਿਲੋਂ ਪਿਆਰ ਕਰਦੀਆਂ ਨੇ, ਉਹਨਾਂ ਨੂੰ ਪਿਛੋੜਿਆ ਰੱਬ ਕਦੇ ਮਾਫ ਨਹੀਂ ਕਰੂ। ਨਸੀਬ ਧੀਏ, ਤੂੰ ਉਦੋਂ 5 ਸਾਲ ਦੀ ਸੀ ਜਦੋਂ ਬਾਈ ਇਸ ਦੁਨੀਆਂ ਤੋਂ ਚਲਾ ਗਿਆ। ਇੰਨੇ ਸਾਲਾਂ ਵਿੱਚ ਤੈਨੂੰ ਕਦੇ ਬਾਪ ਦੀ ਕਮੀ ਮਹਿਸੂਸ ਹੋਣ ਦਿੱਤੀ? ਤੈਨੂੰ ਲੱਗਿਆ ਕਦੇ ਕਿ ਮੈਂ ਤੇਰਾ ਬਾਪ ਨਹੀਂ ਆ? ਤੈਨੂੰ ਲੱਗਿਆ? ਬਸ ਧੀਏ, ਇੰਨੇ ਸਾਲਾਂ ਦੀ ਸੰਭਾਲ ਬਦਲੇ ਤੈਥੋਂ ਇੱਕੋ ਚੀਜ਼ ਮੰਗਦਾ, ਪੁੱਤ ਤੋੜ ਲੈਣ ਦੇ ਭੈਣ ਜੀਆਂ ਦਾ ਰਿਸ਼ਤਾ। ਜਿਵੇਂ ਜਿਵੇਂ ਤੇਰੀ ਮਾਂ ਕਹਿੰਦੀ ਉਵੇਂ ਉਵੇਂ ਕਰੀ ਜਾ, ਜੋ ਕਹਿੰਦੀ ਉਹੀ ਗੱਲ ਮੰਨ, ਆਪਣੇ ਆਪਣੇ ਬਾਪ ਦੀ ਗੱਲ ਮੰਨ ਲੈ ਪੁੱਤ। ਭੈਣ ਜੀ, ਜਿਵੇਂ ਤੁਸੀਂ ਕਹਿੰਦੇ ਉਵੇਂ ਕਰੂਗੀ, ਉਵੇਂ ਕਰੂਗੀ। ਮੈਂ ਉਦਾਂ ਹੀ ਕਰਾਂਗੀ ਜਿੱਦਾਂ ਤੁਸੀਂ ਕਹਿੰਦੇ ਹੋ ਚਾਚਾ ਜੀ। ਆ ਜਾ ਫਿਰ। ਲੈ ਬੀਬੀ ਜੀ, ਇਹ ਤਾਂ ਕੋਈ ਔਖਾ ਕੰਮ ਹੀ ਨਹੀਂ। ਰਾਣੀ ਮੇਰੇ ਸਕੇ ਚਾਚੇ ਦੀ ਕੁੜੀ ਆ। ਦੱਸਿਆ ਉਹਨੇ ਮੈਨੂੰ ਕਈ ਵਾਰੀ, ਨਰੈਣਗੜ੍ਹ ਮੁੰਡੇ ਦੇ ਪਰਿਵਾਰ ਦੇ ਕਈ ਘਰ ਨੇ, ਕਈਆਂ ਘਰਾਂ ਦਾ ਕੰਮ ਤਾਂ ਉਹਨੇ ਸਾਂਭਿਆ। ਬੜੀ ਚੀੜੀ ਆ, ਮੈਂ ਕਹਿ ਆਉਂਦੀ ਉਹਨੂੰ। ਦੇਖਿਓ ਜਦ ਉਹਨੇ ਲਾਈ ਨਾ ਲੁੱਤੀ, ਤਹਿਸੀਲਦਾਰਨੀ ਤਾਂ ਫੱਟ ਰਿਸ਼ਤਾ ਤੋੜੂ। ਬਸ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਨਾ, ਗੱਲ ਤੇਰੇ ਮੇਰੇ 'ਚ ਰਹਿਣੀ ਚਾਹੀਦੀ। ਆਲ ਫੜ, ਆਹ ਸੂਟ ਦੇ ਦੀ ਉਹਨੂੰ, ਤੇ ਆ ਤੇਰੇ ਲਈ। ਸਵਾਲ ਵੀ ਹੁਣ ਬਸ ਉਹਨੂੰ ਇਹ ਕਹਿ ਦੇ ਕਿ ਇਹੋ ਜਿਹੀ ਅੱਗ ਲਾਵੇ ਕਿ ਤਹਿਸੀਲਦਾਰ ਨਹੀਂ ਮੁੜ ਕੇ ਚੱਕੇ ਵੀ ਨਾ ਇੱਧਰ। ਸੋਚ ਸਮਝ ਕੇ ਗੱਲ ਕਰ ਰਾਣੀ, ਤੈਨੂੰ ਸਰਦਾਰ ਸਾਹਿਬ 'ਤੇ ਗੁੱਸੇ ਦਾ ਨਹੀਂ ਪਤਾ। ਬੀਬੀ ਜੀ, ਜਿਹਦੀ ਮਰਜ਼ੀ ਸੌਂਪਵਾ ਲਓ ਮੈਨੂੰ, ਇਹ ਗੱਲ ਬਿਲਕੁਲ ਸੱਚ ਆ। ਮੇਰੇ ਤਾਏ ਦੀ ਧੀ ਨਾ ਉਹਨਾਂ ਘਰ ਗੋਹਾ ਕੂੜਾ ਕਰਦੀ ਆ। ਉਹਨੇ ਕੱਲ੍ਹ ਆ ਕੇ ਦੱਸਿਆ ਮੈਨੂੰ ਵੀ ਕੁੜੀ ਦਾ ਚਾਲ ਚੱਲਣ ਨਾ ਬਹੁਤ ਖਰਾਬ ਆ। ਕਿਉਂ ਆਪਣੇ ਕਾਕੇ ਦੀ ਜ਼ਿੰਦਗੀ ਬਰਬਾਦ ਕਰਨ ਲੱਗੇ ਹੋਏ ਹੋ? ਸਰਦਾਰ ਜੀ, ਚੰਗੀ ਤਰ੍ਹਾਂ ਪੜਤਾਲ ਕਰ ਲੈ ਸਰਦਾਰਨੀਏ, ਕਿਤੇ ਲੋਕਾਂ ਦੇ ਸਾਹਮਣੇ ਆਪਾਂ ਤਮਾਸ਼ਾ ਨਾ ਬਣ ਜਾਈਏ। ਉਹ ਮੋਰਾ ਵਾਲੀ ਦੀ ਕੁੜੀ ਆ ਨਾ, ਨਸੀਬ ਕੌਰ, ਜਿਹੜੀ ਆਪਣੀ ਗੁੱਡੀ ਦੀ ਭਰਜਾਈ ਹੈ, ਬਹੁਤ ਹੀ ਨੇਕ ਕੁੜੀ ਹੈ, ਮੈਨੂੰ ਇੱਕ ਵਿਆਹ 'ਚ ਮਿਲੀ ਸੀ। ਉਹ ਝੂਠ ਨਹੀਂ ਬੋਲਦੀ। ਇੱਕ ਵਾਰ ਮੈਂ ਉਹ ਤੋਂ ਪੁੱਛਣਾ, ਜੇ ਉਹਨੇ ਕਹਿਤਾ ਤਾਂ ਆਪਾਂ ਰਿਸ਼ਤਾ ਤੋੜ ਦਿਆਂਗੇ। ਬਸ ਇੱਕ ਵਾਰੀ ਮੈਨੂੰ ਪੁੱਛ ਲੈਣ ਦੋਸਤੋ। ਭੈਣ ਜੀ, ਹੁਣ ਕੀ ਆਪਣੇ ਮੂੰਹ ਆਪਣੀਆਂ ਕੁੜੀਆਂ ਬਾਰੇ ਬੁਰਾ ਬੋਲੀਏ? ਕੁੜੀ ਹੈ ਨਹੀਂ ਕਿਸੇ ਦੇ ਕਹਿਣੇ 'ਚ। ਮੇਰੇ ਤੇ ਦਿਓਰ ਨੇ ਵੀ ਉਹਦੇ ਮੂਹਰੇ ਹੱਥ ਜੋੜਤੇ। ਤੂੰ ਵੀ ਕੁਛ ਬੋਲਤੀ ਏ, ਹੁਣ ਤਾਂ ਬਸ ਗੱਲ ਤੇਰੇ ਕਹਿਣ 'ਤੇ ਖੜੀ ਹੈ। ਜੀ, ਬੀਜੀ ਜੋ ਕਹਿ ਰਹੇ ਨੇ ਸੱਚ ਹੀ ਹੈ ਜੀ। ਜਾ ਮੇਰੀ ਧੀ, ਰੋਟੀ ਟੋਕ ਕਰੋ ਪੁੱਤ, ਮਿੱਠਾ ਮੁੱਠਾ ਬਣਾ ਲਈ ਕੁਝ ਹੈ।
ਭੈਣ ਜੀ ਪਹਿਲੀ ਵਾਰੀ ਸਾਡੇ ਘਰ ਆਏ ਨੇ, ਜਾ ਮੇਰਾ ਪੁੱਤ। ਬੜੀ ਚੰਗੀ ਧੀ ਆ ਜੀ ਤੁਹਾਡੀ, ਅਸੀਂ ਤੇ ਕਿਸਮਤ ਵਾਲੇ ਆ। ਮਨਜਿੰਦਰ, ਤੇਰੇ ਬੀਜੀ ਨੇ ਉਸ ਕੁੜੀ ਬਾਰੇ ਸਭ ਪਤਾ ਕਰ ਲਿਆ ਹੈ। ਵਾਕਈ ਉਹਦਾ ਚਾਲ ਚੱਲਣ ਠੀਕ ਨਹੀਂ ਹੈ। ਸੋ ਅਸੀਂ ਸਾਰਿਆਂ ਨੇ ਫੈਸਲਾ ਲਿਆ ਹੈ ਕਿ ਅਸੀਂ ਇਹ ਰਿਸ਼ਤਾ ਤੋੜ ਦਈਏ। ਇਹ ਨਹੀਂ ਜੀ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਅਜੇ ਕਿਹੜੀਆਂ ਲਾਵਾਂ ਹੋਈਆਂ, ਰੁਕਾ ਹੀ ਹੋਇਆ ਅਜੇ। ਚਾਚਾ ਜੀ, ਲੋਕਾਂ ਲਈ ਵਿਆਹ ਲਾਵਾਂ ਫੇਰੇ ਲੈ ਕੇ ਹੁੰਦਾ ਹੋਣਾ, ਮੇਰੇ ਲਈ ਵਿਆਹ ਬੀਜੀ ਉਸੇ ਦਿਨ ਹੋ ਗਿਆ ਸੀ ਜਦੋਂ ਤੁਸੀਂ ਸ਼ਗਨ ਪਾਇਆ ਸੀ। ਦੇਖਿਆ ਦੇਖਿਆ ਕਿਵੇਂ ਬਕਵਾਸ ਕਰਦਾ, ਇਸੇ ਕਰਕੇ ਇਹਨੂੰ ਪਬਲਿਕ ਸਕੂਲ ਚ ਪਾਇਆ ਸੀ ਕਿ ਮਾਂ ਬਾਪ ਨਾਲ ਜ਼ਬਾਨ ਲੜਾਏ। ਦੇਖ ਬੇਟਾ, ਸਾਨੂੰ ਕਿਹੜਾ ਸ਼ੌਕ ਹੈ ਰਿਸ਼ਤਾ ਤੋੜਨ ਦਾ, ਸਾਰੀ ਦੁਨੀਆ ਉਸ ਕੁੜੀ ਦੇ ਖਿਲਾਫ ਬੋਲ ਰਹੀ ਹੈ, ਅੱਖੋ ਦੇਖੀ ਮੱਖੀ ਕਿਵੇਂ ਨਗਾ ਲਈ ਹੈ। ਪਰ ਬੀਜੀ, ਗੁੱਡੀ ਬਾਰੇ ਮੈਨੂੰ ਦੁਨੀਆ ਤੋਂ ਪੁੱਛਣ ਦੀ ਲੋੜ ਨਹੀਂ, ਮੈਨੂੰ ਪਤਾ। ਕੰਨ ਖੋਲ ਕੇ ਸੁਣ ਲਿਆ ਮਨਜਿੰਦਰ ਸਿਆ, ਜੇ ਤੂੰ ਉਸ ਕੁੜੀ ਨਾਲ ਵਿਆਹ ਕਰਨ ਬਾਰੇ ਸੋਚਿਆ ਵੀ ਤਾਂ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਾਂਗਾ। ਉਹ ਬਸ ਫੇਰ ਕਰੀ ਜਾਈ ਆਪਣੀਆਂ ਮਨਾਈਆਂ। ਤੁਸੀਂ ਕੱਲ ਨੂੰ ਮਰਨਾ ਸੁਖੀ ਸੰਦੀ ਬੀਜੀ, ਵਿਆਹ ਤਾਂ ਮੈਂ ਗੁੱਡੀ ਨਾਲੇ ਕਰਾਉਣਾ, ਇਹ ਗੱਲ ਸਮਝ ਲਓ ਤੁਸੀਂ। ਓਏ ਓਏ, ਅਸੀਂ ਤੇਰਾ ਇਸ਼ਕ ਦੇਖੀਏ ਜਾਂ ਆਪਣੀ ਇੱਜ਼ਤ? ਤਫਾ ਹੋ ਜਾ ਤੂੰ, ਤਫਾ ਹੋ ਜਾ, ਆਈ ਸੇ ਕੱਟ ਲਾਸਟ। ਤੁਸੀਂ ਬੈਠੋ ਜੀ, ਜਾ ਜੱਗੀ ਲੈ ਜਾਓ ਇਹਨੂੰ ਤੇ ਕਮਰੇ 'ਚ। ਚੱਲ ਮਨਜਿੰਦਰ, ਆਪਾਂ ਬਹਿ ਕੇ ਗੱਲ ਕਰਦੇ। ਬੈਠ ਬੈਠ, ਗੁੱਸਾ ਨਾ ਕਰੋ, ਬਹਿ ਜਾ, ਆਪਾਂ ਬਹਿ ਕੇ ਗੱਲ ਕਰ ਸਕਦੇ। ਬੈਠੋ ਭਾਬੀ ਜੀ, ਬੈਠੋ। ਬਾਈ ਰੇਡੀਓ ਹੀ ਚਲਾ ਲਾਂ ਯਾਰ। ਮਨਜਿੰਦਰ, ਇੱਕ ਗੱਲ ਕਹਾਂ, ਜਿੰਨਾ ਕੁ ਤੂੰ ਉਸ ਕੁੜੀ ਨੂੰ ਜਾਣਦਾ ਤਕਰੀਬਨ ਓਨਾ ਕੀ ਮੈਂ ਜਾਣਦਾ। ਮੰਨਿਆ ਕਿ ਤੇਰੀ ਹੋਣ ਵਾਲੀ ਘਰ ਵਾਲੀ ਹੈ, ਮੇਰੀ ਭਾਬੀ ਹੈ, ਜਿੰਨਾ ਕੁ ਤੂੰ ਉਹਨੂੰ ਮਿਲਿਆ ਓਨਾ ਕੁ ਮੈਂ ਵੀ ਮਿਲਿਆ। ਪਰ ਯਾਰ, ਹੁਣ ਸਾਰੀ ਦੁਨੀਆ ਕਹਿ ਰਹੀ ਹੈ, ਉਹਦੀ ਭਰਜਾਈ ਨੇ ਵੀ ਕਹਿਤਾ, ਹੋਰ ਤਾਂ ਹੋਰ ਤਾਇਆ ਜੀ ਹੁਰੀ ਵੀ ਕਹਿ ਰਹੇ ਨੇ। ਜੇ ਯਾਰ ਸੱਚ ਪੁੱਛੇ ਨਾ, ਹੁਣ ਮੇਰੇ ਮਨ ਨੂੰ ਵੀ ਲੱਗਣ ਜੇ ਲੱਗ ਗਿਆ ਬਈ ਉਹ। ਪਰ ਯਾਰ, ਤੈਨੂੰ ਇਹੋ ਜਿਹਾ ਕੀ ਦਿਸ ਰਿਹਾ ਜੋ ਮੈਨੂੰ ਨਹੀਂ ਦਿਸ ਰਿਹਾ? ਜੱਗੀ ਸਿਆ, ਜਿਹੜਾ ਆਪਣਾ ਦਿਲ ਆ ਨਾ, ਇਹ ਰੱਬ ਦਾ ਰੇਡੀਓ ਆ, ਤੇ ਇਹ ਕਦੇ ਗਲਤ ਸਟੇਸ਼ਨ ਨਹੀਂ ਫੜਦਾ।
ਕਿਉ ਨੀ ਏ ਰੋਗ ਜੇ ਕਿਹ ਲੱਗ ਗਏ ਨੇ ਉਹਦੇ ਫਰਮਾਇਸ਼ੀ ਗੀਤਾਂ ਦੇ ਹੁਣ ਆਉਣ ਸੁਨੇਹ ਲੱਗ ਗਏ ਨੇ ਇਸ ਕੱਚੀ ਉਮਰ ਸਖੀਓ ਨੀ ਏ ਰੋਗ ਜੇ ਕਿਹ ਲੱਗ ਗਏ ਨੇ ਉਹਦੇ ਫਰਮਾਇਸ਼ੀ ਗੀਤਾਂ ਦੇ ਹੁਣ ਆਉਣ ਸੁਨੇਹ ਲੱਗ ਗਏ ਨੇ ਕਦੇ ਇਸ਼ਕ ਚ ਨੱਚੇ ਗਾਵੇ ਕਦੇ ਬੱਚਾ ਬਣ ਰੁੱਸ ਜਾਵੇ ਕਦੇ ਕਮਲਾ ਹੋਣਾ ਚਾਵੇ ਦਿਲ ਮੇਰਾ ਰੱਬ ਦਾ ਰੇੜੀਓ 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 ਦਿਲ ਮੇਰਾ ਰੱਬ ਦਾ ਰੇੜੀ ਭਾਬੀ ਅੱਜ ਸੁਣ ਕੇ ਜਾਈ ਤੈਨੂੰ ਦੋ ਦਿਨ ਹੋ ਗਏ ਲਾਰੇ ਲਾਉਂਦੀ ਨੂੰ ਗੁੱਡੀ ਪਾੜ ਚੱਲ ਪਾੜ ਪਿਆਰੀ ਗੁੱਡੀ ਉਮੀਦ ਹੈ ਤੂੰ ਠੀਕ ਹੈ ਘਰ ਵਿੱਚ ਸਭ ਠੀਕ ਠਾਕ ਹੈ ਵਿਆਹ ਦੀ ਤਿਆਰੀ ਹੋ ਰਹੀ ਹੈ ਮੇਰੇ ਤੋਂ ਹੁਣ ਤੇਰਾ ਵਿਛੋੜਾ ਬਰਦਾਸ਼ਤ ਨਹੀਂ ਹੁੰਦਾ ਭਾਬੀ ਜਿਹੜੇ ਚੱਜ ਦੇ ਸ਼ਬਦ ਹੁੰਦੇ ਨੇ ਉਹ 'ਚ ਤਾਂ ਇਹ ਗੁਣ ਗੁਣ ਕਰਨ ਲੱਗ ਜਾਂਦੀ ਆ ਮੈਡਮ ਫਿਰ ਤੂੰ ਪੜ੍ਹ ਲਾ ਤੂੰ ਹਰ ਵਕਤ ਮੇਰੇ ਖਾਬਾਂ ਵਿੱਚ ਰਹਿੰਦੀ ਹੈ ਮੇਰਾ ਜੀ ਕਰਦਾ ਭਾਬੀ ਬਈ ਖਾਬ ਮਾੜੇ ਸੁਪਨਾ ਹੁੰਦਾ ਨਾ ਹਾਂ ਗੁੱਡੀ ਸੁਪਨੇ ਮੇਰਾ ਜੀ ਕਰਦਾ ਮੈਂ ਉੱਡ ਕੇ ਆ ਜਾ ਇਸ ਪੂਰੀ ਦੁਨੀਆ ਤੇ ਹੁਣ ਤੇਰੇ ਤੋਂ ਕੀਮਤੀ ਹੋਰ ਕੁਝ ਵੀ ਨਹੀਂ ਇਸ ਘਰ ਵਿੱਚ ਭਾਬੀ ਸੱਚੀ ਦੱਸਾਂ ਮੈਂ ਵੀ ਸਾਰਾ ਦਿਨ ਇੰਨਾ ਵਾਰੀ ਸੋਚਦੀ ਰਹਿੰਦੀ ਆ ਮੈਨੂੰ ਆਪਣਾ ਪਿੰਡ ਨਾ ਆਪਣਾ ਲੱਗਦਾ ਹੀ ਨਹੀਂ ਹੁਣ ਮੈਨੂੰ ਲੱਗਦਾ ਵੀ ਮੈਂ ਨਰੈਣਗੜ੍ਹ ਚਲੀ ਜਾਵਾਂ ਜਿੰਨੀ ਛੇਤੀ ਹੋ ਸਕਦਾ ਇਸ ਘਰ ਵਿੱਚ ਸਭ ਨੂੰ ਤੇਰਾ ਬਹੁਤ ਇੰਤਜ਼ਾਰ ਹੈ ਤੂੰ ਜਲਦੀ ਇਸ ਘਰ ਦੀ ਰੌਣਕ ਬਣ ਕੇ ਆ ਜਾ ਤੇਰਾ ਮਨਜਿੰਦਰ ਭਾਬੀ ਮੈਨੂੰ ਏਦਾਂ ਲੱਗਦਾ ਕਿ ਇਹ ਨਾ ਮੈਨੂੰ ਰਾਣੀਆਂ ਵਾਂਗੂ ਰੱਖਣਗੇ ਵੀ ਮੈਂ ਇਹਨਾਂ ਦੇ ਘਰ ਜਾ ਕੇ ਨਾ ਬਾਲੀ ਖੁਸ਼ ਰਹੂ ਹਨਾ ਭਾਬੀ ਭਾਬੀ ਹਾਂ ਰਾਣੀਆਂ ਵਾਂਗੂ ਰੱਖਣ ਕੇ ਭਾਬੀ ਤੂੰ ਠੀਕ ਆ ਭਾਬੀ ਹਾਂ ਗੁੱਡੀ ਠੀਕ ਆ ਭਾਬੀ ਲੱਗਦਾ ਵੇ ਦਿਲ ਨਹੀਂ ਲੱਗਦਾ ਤੇਰੇ ਬਾਜੂ ਮੇਰਾ ਸੋਹਣਿਆ ਵੇ ਦਿਲ ਨਹੀਂ ਲੱਗਦਾ ਵੇ ਦਿਲ ਨਹੀਂ ਲੱਗਦਾ ਬਾਜੂ ਮੇਰਾ ਸੋਹਣਿਆ ਵੇ ਦਿਲ ਨਹੀਂ ਲੱਗਦਾ ਵੇ ਦਿਲ ਨਹੀਂ ਲੱਗਦਾ ਅ
ਅੱਖਾਂ ਚ ਕੁਆਰੀ ਦੇ ਨੇ ਕੱਚੇ ਕੱਚੇ ਸੁਪਨੇ ਹੁਣ ਜਜ਼ਬਾਤ ਇਹ ਲੁਕਾਇਆ ਨਹੀਂ ਉਹ ਲੁਕਣੇ ਅੱਖਾਂ ਚ ਕੁਆਰੀ ਦੇ ਨੇ ਕੱਚੇ ਕੱਚੇ ਸੁਪਨੇ ਹੁਣ ਜਜ਼ਬਾਤ ਇਹ ਲੁਕਾਇਆ ਨਹੀਂ ਉਹ ਲੁਕਣੇ ਰੋਮ ਰੋਮ ਤੈਨੂੰ ਚੇਤੇ ਕਰਦਾ ਹਰ ਯਾਦਾਂ ਵਾਲਾ ਵਗਦਾ ਵੇ ਯਾਦਾਂ ਵਾਲਾ ਵਗਦਾ ਤੇਰੇ ਬਾਝੋਂ ਮੇਰਾ ਸੋਹਣਿਆ ਵੇ ਦਿਲ ਨਹੀਂਓ ਲੱਗਦਾ ਵੇ ਦਿਲ ਨਹੀਂਓ ਲੱਗਦਾ ਤੇਰੇ ਬਾਝੋਂ ਮੇਰਾ ਸੋਹਣਿਆ ਵੇ ਦਿਲ ਨਹੀਂਓ ਲੱਗਦਾ ਵੇ ਦਿਲ ਨਹੀਂਓ ਲੱਗਦਾ ਬਾਝੋਂ ਮੇਰਾ ਸੋਹਣਿਆ ਵੇ ਦਿਲ ਨਹੀਂਓ ਲੱਗਦਾ ਵੇ ਦਿਲ ਨਹੀਂਓ ਲੱਗਦਾ ਸਰਦਾਰਾਂ ਦੇ ਫੈਸਲੇ ਤਾਂ ਜਜ਼ਬਾਤਾਂ ਨਾਲੇ ਹੁੰਦੇ ਨੇ ਦਿਮਾਗ ਨਾਲ ਤਾਂ ਸੌਦੇ ਕੀਤੇ ਜਾਂਦੇ ਪਾਪਾਂ ਦੀਆਂ ਗੱਠੜੀਆਂ ਬੰਨ ਕੇ ਗੁਰੂ ਘਰ ਆ ਕੇ ਨਿਬੇੜੇ ਨਹੀਂ ਆਉਣੇ ਕੁਛ ਨਹੀਂ ਜਾਣਦੀ ਜੀ ਮੈਨੂੰ ਕੁਛ ਨਹੀਂ ਪਤਾ ਜਿਸ ਰੱਬ ਨੂੰ ਤੁਸੀਂ ਇੱਥੇ ਧਿਆਉਣ ਆਏ ਸੀ ਉਹਦੀ ਹਜ਼ੂਰੀ 'ਚ ਦੱਸੋ ਤੁਸੀਂ ਜੋ ਗੁੱਡੀ ਬਾਰੇ ਕਿਹਾ ਉਹ ਸੱਚ ਆ ਤੁਹਾਡੇ ਬੀਜ ਇੱਕ ਵਾਰੀ ਆ ਕੇ ਮੈਨੂੰ ਸਾਰਾ ਕੁਛ ਪੁੱਛ ਚੁੱਕੇ ਨੇ ਬਾਰ ਬਾਰ ਉਹੀ ਗੱਲ ਨੂੰ ਦੁਹਰਾਉਣ ਦਾ ਕੀ ਫਾਇਦਾ ਮੇਰੀ ਗੁੱਡੀ ਨਾਲ ਕਦੇ ਕੋਈ ਬਹੁਤੀ ਜ਼ਿਆਦਾ ਗੱਲ ਨਹੀਂ ਹੋਈ ਉਹਨੇ ਸਿਰਫ ਮੈਨੂੰ ਦੋ ਚਿੱਠੀਆਂ ਲਿਖੀਆਂ ਉਹਨਾਂ ਚਿੱਠੀਆਂ 'ਚ ਉਹਨੇ ਜ਼ਿਕਰ ਕੀਤਾ ਕਿ ਮੇਰੀ ਭਾਬੀ ਦਾ ਸੁਭਾਅ ਸੰਤਾਂ ਵਰਗਾ ਉਹ ਤੁਸੀਂ ਸੀ ਜਾਂ ਇਹ ਤੁਸੀਂ ਹੋ ਮੈਂ ਸਿਰਫ ਇੰਨਾ ਜਾਣਦੀ ਹਾਂ ਮੈਂ 5 ਸਾਲਾਂ ਦੀ ਸੀ ਜਦੋਂ ਮੇਰੇ ਬਾਪੂ ਜੀ ਤੁਰ ਗਏ ਉਸ ਦਿਨ ਤੋਂ ਚਾਚਾ ਜੀ ਨੇ ਮੈਨੂੰ ਪਾਲਿਆ ਹੁਣ ਚਾਚਾ ਜੀ ਉਹ ਮੇਰੇ ਬਾਪ ਨੇ ਉਹਨਾਂ ਦਾ ਹੁਕਮ ਮੰਨਣਾ ਮੇਰਾ ਫਰਜ਼ ਆ ਜੇ ਤੁਹਾਡਾ ਚਾਚਾ ਵਾਕਈ ਤੁਹਾਡਾ ਬਾਪ ਬਣਿਆ ਹੁੰਦਾ ਤਾਂ ਕੋਈ ਐਸਾ ਹੁਕਮ ਨਾ ਸੁਣਾਉਂਦਾ ਜੋ ਤੁਹਾਨੂੰ ਤੁਹਾਡੀਆਂ ਹੀ ਨਜ਼ਰਾਂ ਤੋਂ ਗੇਰ ਦੇਵੇ ਆ
तेरा बहुत सोहना बीजी। बापू जी के जाने तो बाद तुसी तो कदे घरों ही नहीं निकले, आज किवें आ गए? रात मैनू सुपना आया तू तो निक्की जी मेरा हाथ फड़ी तुरी जा रही है, बड़ा ही सोहना ते पदरा रहा सी। फिर तू मेरा हाथ छड़ के कन्या दे रोड़े वाले राह तुर पे, फिर मेरा सुपना टूट गया। मैनू तेरी बड़ी फिक्र हो रही सी, इसलिए मैं सवेर की पहली बस फड़ के तेरे कोल आ गई। सच दस तू कितने गलत राह तो नहीं तुर पई? मैं पीजी दे कहे थे कुटी दा रिश्ता तड़वा दिता। जे तेरी सस तेरे तो रुस गई तो तू चार दिन दुखी होएंगी, पर जे तेरा रब तेरे तो रुस गया तो तू हमेशा दुखी रहना। पीछी चाचा जी ने तो कहा सी कि हुण मेरी सस की अकल ही मेरे लिए मेरे रब का हुक्म है। रब का जेकर कोई सच्चा साज है तेरा अपना दिल है, वो आवाज जदों भी आएगी तेरे आप दे दिल तो आऊगी, किसे होर दी अकल चो नहीं। पीछे जे मैं अपनी सास दे मुताबिक ना चली तो मैं जमा ही उजड़ जाना। ये दुनिया एक मुसाफिर खाना है जिथे आत्मा परमात्मा नू पालन ले आंदी है, ते एक समय बाद उन्हें वापस चले जाना है। सदा इत्थे किसी ने नहीं रहना, जो रब नू भुल गईयां ने ओ व्याहियां होके भी उजड़ गईयां ने, ते जिन्हां ने रब नू याद रखिया ओ विधवा होके भी वस गईयां ने। ते मैं चाहनी हां तू हमेशा वसे। सदके उस दुख दे जो पल पल ही नाम जपाउंदा रहिंदा ए, सदके उस नाम दे जो सारे ही दुख मिटाउंदा रहिंदा ए, ए सारे दुख भुल जावे जे इक पल विच आ जावे, फिर पल पल मौज मनावे नी दिल मेरा रब दा रेडियो, नी दिल मेरा रब दा रेडियो, नी दिल मेरा रब दा रेडियो, दिल मेरा रब दा रेडियो। बरकता बा बाबा जय बाबिया दी, जय बाबिया दी, मेरा कर दे, मेरा कर दे जटावा वाले आ, बरकता पा दे पड़ोले भर दे गांडियां दा शरीका दा बेड़ा गर्क कर दे बाबा, मेरा कर दे, मेरा कर दे। बीजी मैं जा रही हूँ। हैं? मैं जा रही हूँ। किथे जा रही है ने तू? हैं? आपकी गलती से डरन। दिमाग सही है तेरा? डर डर तो रोल जाएंगी, भीख मांगती फिरेंगी लोका तो, नहीं तेरे चाचे ने भी नहीं रखना हुण ते तैनू, ते तेरी माँ तेनू कित्थों सांभूगी? गल सुन मेरी, सोच समझ के दिल पार करी मैं तेनू दसा, इस दिल तो एक बार कीड़ी भी बाहर निकल जाए ना मैं कभी दोबारा ओनू अंदर नहीं वड़न दिता। तू कभी पानी हारिया नी, तू तो तेरी माँ रुल जाऊगी, दोवे जानिया किसी ने नहीं सामना तेनू। सामन वाला परमात्मा आप आ बीजी, पहला भी तो सानू उन्हें ही सामिया।
सदके उस नाम दे जो सारे ही दुख मिटाउंदा रहंदा ए सदके उस नाम दे जो सारे ही दुख मिटाउंदा रहंदा ए सदके उस दुख दे जो पल पल ही नाम जपाउंदा रहंदा ए सदके उस नाम दे जो सारे ही दुख मिटाउंदा रहंदा ए ए सारे दुख भुल जावे जे एक पल विच आ जावे फिर पल पल मौज मनावे नी दिल मेरा रब दा रेडियो 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 चल बैठ मैं तेनू लैन नहीं तेरे नाल जान आया जिवें पत्थर दे विच अग है जिवें तिल दे अंदर तेल है तेनू बाहर तंग है जिस दी तेरे अंदर उसदा मेल है तेनू बाहर तंग है जिस दी तेरे अंदर उसदा मेल है जिवें पत्थर दे विच अग है जिवें तिल दे अंदर तेल है तैनू बाहर तांग है जिस दी तेरे अंदर उसदा मेल है तेरे अंदर उसदा मेल है तेरे अंदर उसदा मेल है फिर बाहर लैण की जावे दिल मेरा रब दा रेडियो दिल मेरा रब दा रेडियो नी दिल मेरा रब दा रेडियो नी दिल मेरा रब दा रेडियो सची मेरे तो मन का बोझ ही लथ गया शाबाश बेटा मैं तेरे बारे सुनिया जरूर सी पर अज जान लिया जीवंदी बसती रह पुत्र तू वाकई एक पाक रूह है शाबाश बेटा शाबाश है मुड़िया मैनु माण है तेरे ते खुश है ना मेरा पुत्र के तू मेरा रिश्तेदार बनन लगा है सरदारनी जी बलवंसिया तैयारी खिचो भाई आपने सौली बरात लेके जाना है उड़ता ठीक है ना तीवी दे थले लग के मापियां दे सिर च खेप पवा के आ गया तैनू शर्म नहीं आई वग जा इत्थों जिथों आया है तू खबरदार मेरी देरी ना लगी मैं तैनू दसदा खड़ जा उठे मुड़ जा जिथों आई है चल अपने मापियां दे घर मैं दिन्नी आ तैनू तेरे सड़ी आवा ऐसा करदी है आवा ऐसा करदी है शाबाश तैनू बसी बसी तू इहदे पिछे लग के मेरे कुट्ट लग पई हाय मैं मर गई मैं मर गई मैं मेरे सिर ते खन करदी है हो गया अपनी गुड्डी दी सारे पिंड च बदनामी करदी फिरदी है सारे जगत बदनाम करता तुम तो लाउंदी है ना वो तेरी धी नहीं आधी धी ते तुम तो लाउंदी फिरदी है बापू मैं बनाउणा तैनू बप्पी ਬਾਪੂ ਛੱਡ ਦੇ ਮੈਨੂੰ ਹੋਸ਼ ਕਰ ਹੋਸ਼ ਓ ਭਾਈ ਹੱਟ ਜਾ ਤੂੰ
बिठाई रखदा ना इनू जरा काबू च रखा कर बड़ा पंचायती कुड़िया लिया इनू अंदर चला तू चल भाई अंदर हद होगी न्याण पहला करतूता कर दी है हुण मुंह बना के खड़ी है आजा हुण मासी जी नाले आप दुखी होई है नाले सानू दुखी किता है आपसे पत न कहे मैंने जे तेरे ती हुंदी ता तू एही जे करतूता कर दी मेरे माफ कर दे मासी जी मैं हंकार ही गई सा तो गलती होगी हो नहीं कर दी चंगा कीता माफ चल खड़ी हो मेरी ती खड़ी हो तू ही मैनू माफ कर देती है इधर आओ भाई आ जाओ हुण चल उठ उठ मासी बोल गया चल मेरी सुन लो गल कुड़ी दा करना ब्याह ते सांझे घर विच करना है ते कंध दे उटा पहुंचन का पता तो करो कि भाभी बरात आ गई Bye.
ਸਸਿਕਾਲ ਸਸਿਕਾਲ ਆ ਜੀ ਜੀ ਆ ਜੀ ਇਹਨੇ ਜੀ ਮੇਰੇ ਵੱਡੇ ਭਰਾ ਬਸ ਜੀ ਸਾਰਾ ਕੁਝ ਇਹੋ ਦੇਖ ਰਹੇ ਨੇ ਅਹੰਕਾਰ ਦੇ ਰਸਤੇ ਸਦਾ ਹੀ ਸੁਖਾਲੇ ਤੇ ਛੋਟੇ ਨਜ਼ਰ ਆਉਂਦੇ ਹਨ ਪਰ ਆਖਰ ਇਹ ਰਸਤੇ ਹੀ ਰਹਿ ਜਾਂਦੇ ਨੇ ਇਹਨਾਂ ਦੀ ਕਦੇ ਕੋਈ ਮੰਜ਼ਿਲ ਨਹੀਂ ਆਉਂਦੀ ਦਿਲ ਦੀ ਆਵਾਜ਼ ਦਾ ਰਸਤਾ ਚਾਹੇ ਜਿੰਨਾ ਵੀ ਔਕੜਾ ਭਰਿਆ ਤੇ ਲੰਬਾ ਨਜ਼ਰ ਆਵੇ ਪਰ ਇਸ ਰਸਤੇ ਦਾ ਆਪਣੇ ਮੁਸਾਫਿਰ ਨਾਲ ਇੱਕ ਵਾਅਦਾ ਹੈ ਖੂਬਸੂਰਤ ਮੰਜ਼ਿਲਾਂ ਤੇ ਲੈ ਜਾਣਾ ਇਸ ਕਹਾਣੀ ਦਾ ਹਰ ਕਿਰਦਾਰ ਇਸ ਘੜੀ ਤੋਂ ਬਾਅਦ ਖੁਸ਼ੀਆਂ ਹਾਸੇ ਮਾਣਦਾ ਰਿਹਾ ਪਰ ਵਿੱਦਿਆ ਪੜ੍ਹਾਈ ਦੀ ਸਹੁੰ ਖਾਣ ਵਾਲੀ ਨਿੱਕੀ 8ਵੀਂ ਚੋਂ 3 ਵਾਰ ਫੇਲ ਹੋ ਗਈ ਤੇ ਸਕੂਲੋਂ ਹਟ ਗਈ ਕਦੇ ਭੁੱਲ ਕੇ